ਹਰਮਨ ਦਾ ਨਾਂ ਕੁੱਟੂ ਸਾਜਲੀ ਵਾਲੇ ਦਾ ਜਿਮ 'ਚ ਹੀ ਬੈਠਿਆ ਰਹਿੰਦਾ ਸਾਰੀ ਦਿਹਾੜੀ ਫਿਰ ਰੋਲ ਨੰਬਰ ਮੰਗੂ ਆ ਚੱਕ ਰੋਟੀ ਬਨਤੀ ਨਾਲੇ ਸਦੇਹਾ ਵਗ ਜਾ ਕੇ ਫਿਰ ਲੇਟ ਹੋ ਜਾਣਾ ਪਹਿਲਾਂ ਮੈਨੂੰ ਐਂ ਦੱਸ ਬਨਤੀ ਕੀ ਹੁੰਦਾ ਰੋਟੀ ਸੈਲਰ 'ਚ ਲੱਗਿਆ ਹੋਇਆ ਮੈਂ ਹਾਈ ਸਕੂਲ ਦੇ ਵਿੱਚ ਲੱਗਿਆ ਹੋਇਆ ਮੈਂ ਸਰੀਰਕ ਸਿੱਖਿਆ ਵਾਲਾ ਮਾਸਟਰਾਂ ਮੈਂ ਠੀਕ ਹਾਂ ਪਤਾ ਮੈਨੂੰ ਕਾਹਨੂੰ ਤੜਕੇ ਭਕਾਈ ਮਾਰੀ ਜਾਂਦਾ ਮਾਰਦਾ ਭਕਾਈ ਨਾਲੇ ਮੇਰੀ ਗੱਲ ਸੁਣਦਾ ਬਾਹਰੇ ਨਹੀਂ ਜਾਣਾ ਬੀਹੀ ਤੂੰ ਅੰਦਰ ਹੀ ਰਹਿਣਾ ਕਿਉਂ ਸਟੈਂਡਰਡ 'ਚ ਰਿਹਾ ਕਰ ਉਹੀ ਅਨਪੜ੍ਹਾਂ ਨਾਲ ਫਿਰਦੀ ਰਹਿਣੀ ਆ ਚੱਲ ਠੀਕ ਆ ਨਾਲੇ ਗੱਲ ਸੁਣ ਹਾਂ ਦਾ ਸਮਾਨ ਮੁੱਕਿਆ ਪਿਆ ਆਉਂਦੇ ਹੋਏ ਸੌਦਾ ਲੈ ਕੇ ਆਈ ਭਾਈ ਹਜੇ ਤਾਂ ਮੇਰੀ ਤਨਖਾਹ ਆਈ ਨਹੀਂ ਹੈਗੀ ਜਿੱਦੇ ਆ ਗਈ ਉਹ ਦੇ ਲਿਆ ਤੂੰ ਸੌਦਾ ਥੋੜ੍ਹੀ ਮੋਟੀ ਕਿਰਸ ਕਰ ਲਿਆ ਕਰੂ ਲਿਆ ਦੀ ਤੈਨੂੰ ਸੌਦਾ ਮੇਰੀ ਗੱਲ ਸੁਣ ਹਾਂ ਉਹ ਜਿਹੜੇ ਤੱਪੜ ਜੇ ਲਿਆ ਤੇਰੀ ਮੈਂ ਸਕੂਲ 'ਚੋਂ ਕਿੱਥੇ ਨੇ ਉਹ ਤਾਂ ਮੈਂ ਧੋਤੇ ਕਿਉਂ ਧੋਤੇ ਨੇ ਉਹ ਮੈਂ ਗੰਦੇ ਪਏ ਸੀ ਗੰਦੇ ਤੈਂ ਕੀ ਲੈਣਾ ਤੇ ਗੰਦੇ ਪਏ ਰਹਿੰਦੇ ਤੱਥਰੇ ਟੂਸ਼ਣ ਤੇ ਪੜਾਉਣੇ ਨੇ ਜਵਾਕ ਕਿਵੇਂ ਬੈਠਣਗੇ ਉਹ ਆਪੇ ਬੈਠ ਜਾਣਗੇ ਪੁੰਜੇ ਫਿਰ ਕੀ ਹੋ ਗਿਆ ਪੁੰਜੇ ਬਹਿ ਜਾਣਗੇ ਮਾੜੀ ਮੋਟੀ ਬੱਚਿਆਂ ਦੀ ਇੱਜ਼ਤ ਕਰਿਆ ਕਰ ਉਹਨਾਂ ਕਰਕੇ ਖਾ ਰਹੇ ਆਪਾਂ ਮੈਂ ਚੱਲ ਠੀਕ ਆ ਕਰ ਲਾਂਗੀ ਤੂੰ ਨਾਲੇ ਭਕਾਈ ਨਾ ਮਾਰ ਆ ਕੁਰਸੀ ਛੱਡ ਮੈਨੂੰ ਉੱਤੇ ਸਫਾਈ ਕਰਨ ਦੇ ਮਾੜਾ ਮੋਟਾ ਉਧਰ ਕਰ ਲੈ ਤੇ ਤੈਨੂੰ ਪਤਾ ਨਹੀਂ ਬੂਟ ਭਿੱਜੀ ਜਾਂਦੇ ਨੇ ਮੈਂ ਸਾਰਾ ਕੂੜਾ ਤੇਰੀ ਕੁਰਸੀ ਤੇ ਜਾਣਾ ਬਣ ਗਿਆ ਚੱਲ ਚੰਗਾ ਵੜ ਗਿਆ ਤੜਕੀ ਪਤਾ ਨਹੀਂ ਕੀ ਖਾ ਲੈਂਦਾ ਆ ਸੂਟ ਕਿਹਨੇ ਦਵਾਇਆ ਤੈਨੂੰ ਹੈ ਮੈਂ ਤੂੰ ਹੀ ਤਾਂ ਦਵਾਇਆ ਸੀ ਭੁੱਲ ਵੀ ਗਿਆ ਅੱਛਾ ਜਮਾ ਹੀ ਪਲੱਕੜਾ ਕੱਲ ਨੂੰ ਕਿਤੇ ਮੈਨੂੰ ਨਾ ਭੁੱਲ ਜੀ ਨਾ ਨਾ ਤੈਨੂੰ ਨਹੀਂ ਭੁੱਲਦਾ ਬੜੀ ਸੋਹਣੀ ਲੱਗ ਰਹੀ ਹੈ ਬਿਊਟੀਫੁੱਲ ਲੱਗ ਰਹੀ ਹੈ ਪੂਰੀ ਬਿਊਟੀਫੁੱਲ ਚੱਲ ਠੀਕ ਆ ਹੁਣ ਜਾ ਨਾਲੇ ਮਾੜੀ ਮੋਟੀ ਇੱਜ਼ਤ ਕਰਿਆ ਕਰ ਰਿਸਪੈਕਟ ਕਰਿਆ ਕਰ ਮੇਰੀ ਠੀਕ ਹੈ ਠੀਕ ਆ ਹਾਂ ਕਰ ਲਾਂਗੀ ਟੀਚਰ ਬੰਦਾ ਮੈਂ ਇੱਕ ਤਾਂ ਬੋਲਣ ਦਾ ਪਤਾ ਨਹੀਂ ਕਿੱਥੇ ਮੇਰੇ ਮੱਥੇ ਲੱਗੀ ਹੈ ਤੜਕੀ ਪਤਾ ਨਹੀਂ ਕੀ ਖਾਈ ਫਿਰਦਾ ਕੁਛ ਨਹੀਂ ਖਾਧਾ ਹੋਇਆ ਸਾਰਾ ਕੁਝ ਸੁਣਦਾ ਮੈਨੂੰ ਜਿਹੜਾ ਕੁਝ ਬੋਲਦੀਆਂ ਤੂੰ ਮੈਂ ਸੁਣਦਾ ਸੁਣੀ ਜਾਵੇ ਇਹਦਾ ਤੂੰ ਚੰਗੀ ਦੀ ਤੇਰੇ ਕੋਈ ਮੋਤੀ ਪੁੰਨ ਕੀਤੇ ਹੋਏ ਦੀ ਜਿਹੜਾ ਨੌਕਰੀ ਵਾਲਾ ਮਿਲ ਗਿਆ ਨਹੀਂ ਫਿਰਦੀ ਰਹਿੰਦੀ ਡੰਡੇ ਵਜਾਉਂਦੀ ਮੇਰੀ ਗੱਲ ਸੁਣ ਹਾਂ ਥੋੜਾ ਜਿਹਾ ਲੇਟ ਆਊਂਗਾ ਮੈਂ ਚੱਲ ਠੀਕ ਆ ਸੌਦਾ ਯਾਦ ਰੱਖੀ ਸੌਦਾ ਲਿਆ ਹੀ ਆਂਦਾ ਕੋਈ ਨਾ ਜੇ ਤਨਖਾਹ ਵੀ ਉਦੋਂ ਲਿਆਊਂਗਾ ਹਜੇ ਤਾਂ ਮੈਂ ਥੋੜਾ ਜਿਹਾ ਲੈ ਕੇ ਆਊਂਗਾ ਚੱਲ ਲੈ ਆਈ ਸੈਮੀਨਾਰ ਆ ਮੇਰਾ ਮਾੜੀ ਮੋਟੀ ਬੰਦੇ ਨੂੰ ਮਿੱਠਾ ਬੋਲਿਆ ਕਰ ਰਿਸਪੈਕਟ ਕਰਿਆ ਕਰ ਤੈਨੂੰ ਦੱਸਾਂ ਮੈਂ ਮੈਂ ਅੱਗੇ ਦੇਖ ਲਾ ਕਿਤੇ ਕੰਧ 'ਚ ਮਾਰੇ ਸਾਲ ਤੇ ਬ੍ਰੇਕਿੰਗ ਜੀ ਲੇਟ ਹੋ ਗਈ ਯਾਰ ਅੱਜ ਮੈਨੂੰ ਲੱਗਦਾ ਪਲੇਅਰ ਹੋ ਗਈ ਪਲੇਅਰ ਤਾਂ ਹੋ ਗਈ ਜਨ ਗਣ ਮਨ ਤਾਂ ਰਹਿ ਗਿਆ ਯਾਰ ਇਹ ਤਾਲਾ ਕਿਵੇਂ ਮਾਰ ਰੱਖੇ ਇਹਨਾਂ ਨੇ ਨਾ ਕੋਈ ਬੱਚਾ ਸਕੂਲ 'ਚ ਮੈਂ ਤਾਂ ਨਹੀਂ ਸੁਨੇਹਾ ਗਿਆ ਕਿਤੇ ਨਾ ਯਾਰ ਮੈਂ ਤਾਂ ਪੂਰੇ ਟਾਈਮ 'ਤੇ ਆਇਆ ਹਜੇ ਲੇਟ ਹਾਂ 5 ਮਿੰਟ ਸਕੂਲ ਤਾਂ ਖੁੱਲ੍ਹਣਾ ਚਾਹੀਦਾ ਤੀ 5 ਮਿੰਟ ਲੇਟ ਆ ਸਕੂਲ ਖੁੱਲ੍ਹਿਆ ਨਹੀਂ ਨਾ ਕੋਈ ਬੱਚਾ ਆ ਗੱਲ ਕੀ ਹੈ ਮਨੋਜ ਗੁਪਤਾ ਇਹ ਕੋਈ ਗੱਲ ਹੈ ਯਾਰ ਐਂ ਤਾਂ ਫਿਊਚਰ ਖਰਾਬ ਆ ਚਿਲਡਰਨ ਦਾ ਚੱਕਦੀ ਨਹੀਂ ਹੁਣ ਪਹਿਲਾਂ ਜਾਈ ਜਾਂਦੀਆਂ ਨੇ ਹੈਲੋ ਗੁੱਡ ਮਾਰਨਿੰਗ ਮੈਮ ਹਾਂਜੀ ਹਾਂਜੀ ਦਲਵੀਰ ਬੋਲਦਾ ਜੀ ਸਰੀਰਕ ਸਿੱਖਿਆ ਵਾਲਾ ਸਕੂਲ ਨੂੰ ਤਾਲਾ ਮਾਰਿਆ ਪਿਆ ਜੀ ਕੀ ਗੱਲ ਆ ਛੁੱਟੀ 7 ਹੌਲੀਡੇ ਜੀ ਮੈਡਮ ਜੀ ਇਹ ਕੋਈ ਗੱਲ ਹੈ ਜੀ ਚਿਲਡਰਨ ਪੜ੍ਹਨਗੇ ਕਿਵੇਂ ਜੀ ਪਹਿਲਾਂ ਮੈਨੂੰ ਐਂ ਦੱਸੋ ਤੁਸੀਂ ਹੋਰ ਜੀ ਮੇਰੇ ਤਾਂ ਸਾਰਾ ਹੋਮਵਰਕ ਦਿੱਤਾ ਹੋਇਆ ਮੈਡਮ ਜੀ ਮੇਰਾ ਤਾਂ ਸ਼ਡਿਊਲ ਹੱਲ ਗਿਆ ਜੀ ਮੈਂ ਤਾਂ ਬਹੁਤ ਰੂਲੀ ਸਖਤ ਮਾਸਟਰਾਂ ਜੀ ਐਂ ਥੋੜ੍ਹੀ ਗੱਲ ਹੁੰਦੀ ਆ ਜੀ ਹੁਣ ਤਾਂ ਗੌਰਮੈਂਟ ਨੂੰ ਚਾਹੀਦਾ ਜੀ ਕੀ ਬੱਚੇ ਪੜ੍ਹਨਗੇ ਤੁਸੀਂ ਜੀ ਮਹੀਨੇ ਦੇ ਵਿੱਚ 20 ਤਾਂ ਛੁੱਟੀਆਂ ਕਰਾ ਦਿੰਦੇ ਹੋ ਜੀ ਤੁਸੀਂ ਤਾਂ ਚੱਲ ਨਹੀਂ ਕਰਾਉਂਦੇ ਜੀ ਫਿਰ ਗੌਰਮੈਂਟ ਨੂੰ ਚਾਹੀਦਾ ਜੀ ਜਦੋਂ ਤੁਹਾਡੀਆਂ ਮੀਟਿੰਗਾਂ ਹੁੰਦੀਆਂ ਨੇ ਸੈਮੀਨਾਰ ਹੁੰਦੇ ਨੇ ਤਾਂ ਬੋਲੋ ਤੁਸੀਂ ਹਾਂ ਇਹਦਾ ਮੈਂ ਪ੍ਰਿੰਸੀਪਲ ਹੋਣਾ ਤੇ ਜੀ 2 ਨੰਬਰ ਘੱਟ ਦਿੱਤੀ ਮੇਰੇ ਤਾਂ ਨਹੀਂ ਲੱਗਿਆ ਗਿਆ ਕੀ ਹੋਗਾ ਜੀ ਤੁਸੀਂ ਲੱਗ ਗਏ ਜੀ ਨਾਲੇ ਗਾਲਾਂ ਦਿੰਦੇ ਹੋ ਹੋਣਾ ਮੈਡਮ ਜੀ ਐਂ ਨਾ ਮੇਰੇ ਨਾਲ ਬੋਲੋ ਜੀ ਤੁਹਾਨੂੰ ਮੈਂ ਦੱਸਾਂ ਕੀ ਹੋਗਾ ਜੀ ਮੈਨੂੰ ਪਤਾ ਨਹੀਂ ਤੀ ਜੀ ਅੱਜ ਵੀ ਛੁੱਟੀ ਆ ਇਹਦਾ ਤੁਹਾਨੂੰ ਪਹਿਲਾਂ ਪਤਾ ਹੁੰਦਾ ਜਾਂ ਤਾਂ ਅਗਲੇ ਨੂੰ ਦੱਸ ਦਿਆ ਕਰੋ ਜੀ ਐਂ ਫਿਰ ਤੁਸੀਂ ਬੋਲਦੇ ਕਿਵੇਂ ਹੋ ਮੈਡਮ ਜੀ ਗਾਲ ਜੀ ਕਿਵੇਂ ਕਰਦੇ ਹੋ ਜੀ ਤੁਸੀਂ ਪਹਿਲਾਂ ਮੈਨੂੰ ਐਂ ਦੱਸੋ ਤੁਹਾਡੇ ਨਾਲ ਮੈਂ ਕੀ ਬਦਤਮੀਜ਼ੀ ਕੀਤੀ ਆ ਬੋਲ ਜੀ ਕਹਿ ਕੇ ਬੋਲਿਆ ਜੀ ਇਹ ਤਾਂ ਆਮ ਗੱਲਾਂ ਨੇ ਜੀ ਤੁਹਾਡੀਆਂ ਕੋਈ ਪੜ੍ਹੇ ਲਿਖੇ ਵਾਲੀਆਂ ਗੱਲਾਂ ਥੋੜ੍ਹੀ ਨੇ ਜੀ ਬਦਤਮੀਜ਼ ਕਹਿਣਾ ਜੀ
ਉਦੋਂ ਤੁਹਾਨੂੰ ਮੈਂ ਗੁੱਡ ਮਾਰਨਿੰਗ ਕਹੀ ਜੀ, ਤੁਸੀਂ ਮੈਨੂੰ ਬੈਡ ਗੁੱਡ ਮਾਰਨਿੰਗ ਕਹੀ, ਕੀ ਗੱਲ ਜੀ? ਇਹ ਗੱਲ ਨਹੀਂ ਹੁੰਦੀ ਵੀ ਤੁਸੀਂ ਪੜ੍ਹੇ ਲਿਖੋ, ਤੁਹਾਡੀ ਪੋਸਟ ਹਾਈ ਆ, ਠੀਕ ਹੈ ਜੀ, ਹਾਂ ਬੀ ਪੀ ਵੱਧਦਾ ਮੇਰਾ ਜੀ, ਮੈਂ ਤਾਂ ਫਿਰ ਐਂ ਬੋਲੂੰ, ਤੁਸੀਂ ਛੁੱਟੀਆਂ ਕਰਾਤੀਆਂ ਜੀ, ਕਹਿ ਦਿਓ ਜੀ, ਕਹਿ ਦਿਓ ਮੇਰੀ ਤਾਂ ਭਾਵੇਂ ਜਾਮਨ ਰੋੜੇ ਤੱਕ ਸ਼ਿਕਾਇਤ ਕਰ ਦਿਓ ਜੀ ਫਿਰ। ਹਾਂ ਮੈਂ ਕੋਈ ਛੁੱਟੀ ਨਹੀਂ ਮੰਗਦਾ ਮੈਡਮ ਜੀ, ਛੁੱਟੀਆਂ ਮੰਗ ਦਿਓ ਤੁਸੀਂ, ਠੀਕ ਹੈ ਜੀ, ਮੈਂ ਤਾਂ ਹੁਣ ਵੀ ਆ ਰਿਹਾਗਾ ਸਕੂਲ ਦੇ ਵਿੱਚ, ਭਾਵੇਂ ਹੁਣ ਲਵਾ ਲਓ ਇੱਥੇ ਟਾਟ ਪਸਾ ਦਿਓ, ਮੈਂ ਤਾਂ ਇਕੱਲਾ ਬਹਿ ਜਿਆ ਕਰੂੰ, ਇਮਾਨਦਾਰ ਟੀਚਰ ਹਾਂ ਮੈਡਮ ਜੀ। ਹਾਂ ਦੋ ਟੈਟ ਕਲੀਅਰ ਨੇ, ETT ਕਰਕੇ ਕੀ ਇੱਥੇ ਲੱਗਿਆ ਜੀ, ਮੈਂ ਐਵੇਂ ਨਹੀਂ ਲੱਗਿਆ ਸਿਫਾਰਸ਼ਾਂ 'ਤੇ। ਚੰਗਾ ਮੈਡਮ ਜੀ, ਬਾਹਲਾ ਹੋਣਾ ਕਰੋ, ਹੁਣ ਮੈਨੂੰ ਐਂ ਦੇ ਸਕੂਲ ਕਿੱਦੇ ਖੁੱਲ੍ਹੋ ਜੀ, ਫਿਰ ਉਸ ਹਿਸਾਬ ਨਾਲ ਸਕੂਲ ਆਊਂਗਾ ਜੀ ਮੈਂ, ਠੀਕ ਹੈ ਜੀ, ਸ਼ਹੀਦ ਨਾਮ ਨਾ ਹੁਣ, ਠੀਕ ਹੈ ਜੀ, ਚੰਗਾ ਗੱਲ ਹੈ ਕੋਈ ਇਹ ਛੁੱਟੀਆਂ ਹੋ ਗਈਆਂ ਵੀ ਛੁੱਟੀਆਂ ਤੁਸੀਂ ਤਾਂ ਸੈਮੀਨਾਰ ਪਾਓ ਵੀ ਬੱਚਿਆਂ ਦਾ, ਚਿਲਡਰਨਾਂ ਦਾ ਸਾਰਾ ਕੰਮ ਖਰਾਬ ਹੋ ਰਿਹਾ, ਲਾ ਕੇ ਜਾਂਦਾ ਇਹ ਵਗ ਜਾਂਦੇ ਨੇ, ਚੌਂਕੀਦਾਰ ਜਾਓ ਲਾ ਕੇ ਜਾਂਦਾ ਵਗ ਜਾਂਦਾ, ਕੋਈ ਗੱਲ ਹੈ ਇਹ ਤਾਂ ਗੋਡੇ ਬਿੰਗੇ ਨੇ। ਇਹ ਕਿਹੜਾ ਹੋਊਗਾ ਜੀ, ਸਤਿ ਸ਼੍ਰੀ ਅਕਾਲ ਜੀ, ਹੋਰ ਕਿਵੇਂ ਹੋ ਜੀ? ਕਿਹੜਾ ਹੈ? ਮੈਂ ਜੀ ਸਤਿ ਸ਼੍ਰੀ ਅਕਾਲ, ਕਿਵੇਂ ਆ? ਵਧੀਆ ਜੀ, ਕਿੱਥੋਂ ਆ ਰਹੇ ਹੋ ਜੀ? ਉਹ ਮੈਂ ਤਾਂ ਯਾਰ ਸਕੂਲ 'ਚੋਂ ਆਇਆ। ਸਕੂਲ 'ਚੋਂ ਜੀ, ਤੁਹਾਡੀ ਛੁੱਟੀ ਸੀ? ਉਹ ਹੁਣ ਜਾ ਕੇ ਪਤਾ ਲੱਗਿਆ ਯਾਰ, ਉੱਥੇ ਪ੍ਰਿੰਸੀਪਲ ਨੂੰ ਫੋਨ ਕੀਤਾ, ਉਹ ਅੱਗੇ ਉੱਤੋਂ ਐਂ ਪੈਂਦੀ ਹੈਗੀ। ਅੱਛਾ ਜੀ, ਅੱਜ ਤਾਂ ਹਫ਼ਤੇ ਦੀਆਂ ਛੁੱਟੀਆਂ ਹੋਈਆਂ ਨੇ ਜੀ, ਤੁਹਾਨੂੰ ਦੱਸਿਆ ਤਾਂ ਹੈਗਾ ਸੀ। ਉਹ ਮੈਨੂੰ ਕੱਲ੍ਹ ਪਤਾ ਨਹੀਂ ਲੱਗਿਆ, ਮੈਂ ਉੱਧਰ ਫਿਰਦਾ ਦੀ ਯਾਰ, ਜਨਰੇਟਰ ਚਲਾਉਂਦਾ ਫਿਰਦਾ ਦੀ ਮੈਂ। ਅੱਛਾ ਜੀ, ਉਦੋਂ ਮੈਨੂੰ ਪਤਾ ਨਹੀਂ ਲੱਗਿਆ, ਨਾ ਮੈਨੂੰ ਦੱਸਣਾ, ਈਰਖਾ ਕਰਦੀਆਂ ਨੇ ਮੈਡਮਾਂ ਆਈਆਂ ਨਾਲੇ ਮਾਸਟਰ। ਬਕਵਾਸ ਕਰ, ਕਹਿੰਦੀ ਮੈਂ ਮੋਹਾਲੀ ਬੋਰਡ 'ਚ ਬੈਠੀ ਆ। ਅੱਛਾ, ਹਾਂ ਹੁਣ ਗਲਤ ਗੱਲ ਹੈਗੀ, ਤੈਨੂੰ ਦੱਸਦਾ ਦੇਵੇ ਪਹਿਲਾਂ ਵੀ ਛੁੱਟੀ ਆ ਭਾਈ। ਗੱਲ ਦੱਸਿਆ ਤਾਂ ਹੈਗਾ ਸੀ ਜੀ, ਉਹਨਾਂ ਨੇ ਉਹ ਕਰਾਈ ਸੀ ਆਪਣੀ ਕਾਨਫਰੰਸ ਜੀ, ਕਰਾ ਕੇ ਬਿਠਾ ਕੇ ਕਹਿੰਦੇ ਸੀਗੇ, ਉਹ ਨਹੀਂ ਜਿਹੜਾ ਆਪਣੀ ਕਲਾਸਾਂ ਇਕੱਠੀਆਂ ਕਰਕੇ ਬਿਠਾ ਹੁੰਦੇ ਨੇ ਹਾਲ 'ਚ ਆਪਣੇ 'ਚ ਵੱਡੇ 'ਚ। ਮੈਂ ਕਿੱਥੇ ਵੱਗ ਗਿਆ ਫਿਰ ਉਦੋਂ, ਕਿੰਨੇ ਕੁ ਵਜੇ ਦੀ ਗੱਲ ਦੀ ਭਲਾ ਨਹੀਂ ਇਹ ਮੇਰੇ ਖਿਆਲ 'ਚ 12 ਕੁ ਵਜੇ ਵਾਂਗੂ ਦੀ ਗੱਲ ਸੀ ਜੀ ਸ਼ਾਇਦ। 12 ਵਜੇ ਤਾਂ ਫਿਰ ਮੈਂ ਜਨਰੇਟਰ ਦਾ ਤੇਲ ਲੈਣ ਗਿਆ ਹੋਇਆ ਸੀ ਬਾਈ, ਚੱਠੇ ਗਿਆ ਸੀ ਮੈਂ। ਅੱਛਾ, ਨਾਲੇ ਤਾਂ ਮੈਂ ਇਹਨਾਂ ਦੇ ਦੋ ਦੋ ਕੰਮ ਕਰਦਾ, ਨਾਲੇ ਤਾਂ ਜਨਰੇਟਰ ਚਲਾਉਣਾ ਨਾਲ, ਨਾਲੇ ਸਰੀਰਕ ਸਿੱਖਿਆ ਦਾ ਟੀਚਰ ਆ, ਕੋਈ ਕਰ ਲਓ ਦੋ ਕੰਮ ਜਾਂ ਤਨਖਾਹਾਂ ਵੀ ਦੋ ਦਿਆ ਕਰੋ ਭਾਈ। ਇਹ ਤਾਂ ਗੱਲ ਠੀਕ ਹੈ, ਇਹ ਤਾਂ ਤੁਸੀਂ ਮਿਹਨਤੀ ਹੋ ਜੀ। ਉਹ ਇਹਨਾਂ ਨੂੰ ਕੀ ਪਤਾ ਯਾਰ, ਇਹ ਤਾਂ ਲੈ ਕੇ 50-50 ਹਜ਼ਾਰ ਅੰਦਰ ਵੜ ਜਾਂਦੀਆਂ ਨੇ ਯਾਰ ਮੈਡਮਾਂ ਦੀਆਂ, ਨਾ ਪੜਾਉਣਾ। ਉਹ ਪਰਸੋਂ ਸਵਾਟਰ ਬੁਣੀ ਜਾਵੇ, ਕਿਹੜੀ ਜੀ? ਹਿੰਦੀ ਵਾਲੀ ਮੈਡਮ ਬੁਣਦੇ ਸਵਾਟਰ ਤਾਂ ਜੀ। ਉਹ ਸਾਰੀ ਇੱਕੋ ਜਿਹੀਆਂ ਨੇ ਯਾਰ, ਕਿਹਨੂੰ ਕੀ ਕਹੀਏ, ਪੰਜੇ ਉਂਗਲਾਂ ਹੁਣ ਇੱਕੋ ਸਾਰ ਵੀ ਨਹੀਂ ਹੁੰਦੀਆਂ, ਦੋ ਤਿੰਨ ਮੈਡਮਾਂ ਠੀਕ ਨੇ, ਆਪਦੇ ਤਾਂ ਪ੍ਰਾਈਵੇਟਾਂ 'ਚ ਲਾ ਰੱਖੇ ਨੇ ਬਿਨਾਂ ਵਾਲਿਆਂ 'ਚ। ਹਾਂਜੀ ਹਾਂਜੀ, ਆ ਇਹਨਾਂ ਬਾਰੇ ਤਾਂ ਸੋਚ ਲਓ ਜਿਹੜੇ ਵਿਚਾਰੇ ਪਿੰਡ ਵਾਲੇ ਨੇ। ਛੁੱਟੀਆਂ ਕਿੰਨੇ ਪੀੜ ਖਰਾਬ ਹੋ ਗਏ, 8 ਪੀੜ ਲੱਗਦੇ ਨੇ ਦਿਨ ਚ, ਤੂੰ ਲਾ ਲਾ 1, 8, 8, 16 ਖਾਸੇ ਹੋ ਗਏ, 80 ਹੋ ਗਏ ਜੀ, ਖਾਸੇ ਹੋ ਗਏ, 8-10, 80 ਹੋ ਗਏ ਜੀ। ਹਾਂ ਲਾ ਲਾ ਸਾਹਿਬ, 80 ਹੋ ਗਏ। ਹਾਂਜੀ, 80 ਪੀੜ ਖਰਾਬ ਹੋ ਗਏ, ਕਿੰਨੀ ਪੜ੍ਹਾਈ ਖਰਾਬ ਹੋ ਗਈ ਇਹਦਾ। ਮੈਂ ਯਾਰ ਮੈਂ ਸੋਚ ਲੈਂਦਾ, ਮੈਂ ਤਾਂ ਘਰੇ ਵੀ ਟਿਊਸ਼ਨ ਟਾਸ਼ਨ ਲਾ ਲੈਣਾ, ਮਹਾ ਬੱਚਿਆਂ ਦਾ ਫਿਊਚਰ ਬ੍ਰਾਈਟ ਹੋ ਗਿਆ ਜੀ। ਵਧੀਆ ਗੱਲ ਆ ਫਿਰ ਤਾਂ, ਹਨਾ ਜੀ? ਤੂੰ ਕਿੱਥੇ ਲੱਗਿਆ ਹੋਇਆ ਟਿਊਸ਼ਨ 'ਤੇ? ਮੈਂ ਤਾਂ ਟਿਊਸ਼ਨ ਲੱਗਿਆ ਨਹੀਂ ਅੱਜ ਤੱਕ। ਫਿਰ ਲੱਗ, ਮੈਂ ਤਾਂ ਪੜ੍ਹਾਈ ਵਧੀਆ ਚੱਲਦੀ ਹੈ ਜੀ। ਕਿਉਂ ਚੱਲਦੀ ਆ ਪੜ੍ਹਾਈ ਵਧੀਆ, ਜਿਹੜਾ ਮੇਰੇ ਲਵੇ ਗਿਆਨ ਉਹ ਕੌਣ ਸਿੱਖੂਗਾ? ਆ ਤੜਕੇ ਆ, ਨਹੀਂ ਅੱਜ ਆਥਣੀ ਆ ਜਾ ਯਾਰ ਤੂੰ, ਅੱਜ ਆਥਣੇ ਤੂੰ। ਹਾਂ, ਆ ਤੇ ਪਾਪੇ ਨਾਲ ਗੱਲ ਕਰਕੇ ਆਉਂਗੀ। ਪਾਪੇ ਨੂੰ ਕੀ ਪਤਾ, ਤੂੰ ਪੜ੍ਹਨਾ ਕਿ ਪਾਪੇ ਨੇ ਪੜ੍ਹਨਾ, ਫਿਰ ਕਹੇਗਾ ਤੂੰ ਪੜ੍ਹ ਮਾਰੀ। ਫੀਸ ਤਾਂ ਪਾਪੇ ਨੇ ਦੇਣੀ ਹੈ ਸਰ ਜੀ। ਕੋਈ ਨਾ, ਫੀਸ ਭਾਵੇਂ ਤੂੰ 500 ਦੇ ਰਹੀ ਘੱਟ ਆ ਜੀ, ਹੂੰ ਤਾਂ 800 ਲੈਣਾ ਮੈਂ। ਅੱਛਾ ਜੀ, ਕਿਹੜੇ ਕਿਹੜੇ ਵਿਸ਼ੇ ਨੇ? ਵਿਸ਼ੇ ਇੱਕ ਤਾਂ ਜੀ ਤੁਹਾਡੇ ਵਾਲਾ ਫਿਜ਼ੀਕਲ ਵਾਲੀ ਆ ਗਈ। ਹਾਂ, ਇਹ ਨਾ ਛੱਡੀ ਸਰੀਰਕ ਸਿੱਖਿਆ, ਇਹ ਨਾ ਛੱਡੀ, ਜੇ ਛੱਡਤਾ ਗਿਆ। ਅੱਛਾ ਜੀ, ਸਰੀਰ ਖਰਾਬ ਹੋ ਜੂ ਤੇਰਾ। ਠੀਕ ਹੈ ਜੀ, ਇੱਕ ਉਹਦਾ ਹਿਸਟਰੀ ਵਾਲਾ ਆ ਗਿਆ ਜੀ, ਹਿਸਟਰੀ ਵਾਲੇ ਦਾ ਤੈਨੂੰ ਉਹ ਵੀ ਸਿਖਾਉਂਗਾ ਹਿਸਟਰੀ, ਪਰ ਸਰੀਰਕ ਨਾ ਛੱਡੀ, ਜੇ ਸਰੀਰਕ ਛੱਡਤੀ। ਅੱਛਾ ਜੀ, ਅੰਗਰੇਜ਼ੀ ਛੱਡਦੀ, ਹਾਂਜੀ, ਮੈਥ ਛੱਡਦੀ, ਹਾਂਜੀ, ਵੱਡੇ ਵੱਡੇ ਵਿਸ਼ੇ ਛੱਡਦੀ, LLB ਵੀ ਭਵੇਂ ਜੇ ਤੂੰ LLB ਕਰਨ ਲੱਗਿਆ ਨਾ। ਅੱਛਾ ਜੀ, ਲਾ ਹੁੰਦੀ ਆ ਉਹ, ਹਾਂਜੀ ਹਾਂਜੀ, LLB ਲਾ, ਉਹ ਤਾਂ ਉਦੋਂ ਬਾਅਦ ਸਰੀਰਕ ਸਿੱਖਿਆ, LLB ਤੋਂ ਉੱਤੇ ਆ, ਹਾਂਜੀ, LLB ਤੋਂ ਉੱਤੇ ਆ ਸਰੀਰਕ ਸਿੱਖਿਆ, ਹਾਂਜੀ, ਹਾਂ ਹਾਂ, ਤੁਸੀਂ ਵੀ ਫਿੱਟ ਜੀ ਹੋਣਾ ਜੀ, ਵਧੀਆ। ਇਹਦਾ ਕੱਲਾ ਬਸ ਇੱਥੋਂ ਹੀ ਉਹ ਹੈ ਤਾਂ, ਚਲੋ ਇਹ ਤਾਂ ਢਿੱਡ ਦਾ ਫਿਰ ਹੁਣ ਨਿਕਲ, ਇਹਦਾ ਹੋਣਾ ਵੀ ਚਾਹੀਦਾ, ਨਾ ਪਤਾ ਖਾਂਦੇ ਪੀਂਦੇ ਕਰਦੇ ਹੁੰਦੇ। ਚੰਗਾ, ਕੋਈ ਨਾ ਕੋਈ ਨਾ, ਚੰਗਾ, ਠੀਕ ਹੈ ਜੀ। ਕਿੰਨੇ ਵਜੇ ਆਵਾਂ ਜੀ ਮੈਂ? 4 ਵਜੇ ਆ ਜੀ। ਅੱਛਾ ਜੀ, ਸਾਰੇ ਸਬਜੈਕਟ ਪੜਾ ਦੂੰਗੇ ਜੀ ਫਿਰ ਮੈਂ। ਮੈਥ ਨਾ ਲੈ ਕੇ ਆਈ ਯਾਰ,
अच्छा जी हाँ बाकी शरीर की सिक्ख्या की किताब पक्का ले आई हाँ जी कोई नहीं मैं शरीर की सिक्ख्या ले आऊंगा बाकी ले आई पर मैं इतने भी देख लांगे यूट्यूब तो देख लांगे काट के ठीक है जी हाँ चाह चू पी जाते जी बस बस घरे जाना इन्होंने तो लाते रंग फिर कहते पंजाब तरक्की नहीं करता महीने के भी छुट्टिया ने छुट्टी हो गई ना वो होर यार की करिए की मैं तो नानके जाऊँ आनंद माणद तू बीसराम दोबारे सावधान हो बीसराम किन्ने दिन की छुट्टियां करी ने गवर्नमेंट ने मेरी मम्मी ने काम भेजा दी मैनू मेरी दुख दी लाता सिद्धी बारी दी नी सिद्धी बारी दी नी मेरे तरन पे हुई है मां भगवान दी तरन नहीं मास्टरी आए आए चल करे चल मेरे नाल बैक आ ठीक है आ बैक आई आ जा ठीक है तू रिया हुआ आ जा तू रिया क्यों क्यों भज्या दीगा इधर आ रे भाग गए कोई ना पुत है तो कड्डू तेरा तुंगा गवर्नमेंट छुट्टी कर दें तो फिर पढ़ना नहीं पढ़ना मां प्यो दे पैसे खराब कर दे इधर की फिर मम्मी ने काम भेजा मम्मी है नी पुत काम आ पढ़ाई च पेपरा च मैं होना उथे माफ कर दो जी तो बड़ी चीज चढ़ती है मेनू बड़ी चीज चढ़ती है तेरे दिता मेरे मेरे दुख दी गोडे ने मेरे चलो मेरे ना करे चलो करे हाँ आओ की करना जी बड़ी चीज चढ़ती है तेरे दिता तू तो बोला करे चलो मेरे नाल बतार बेटा कोई नहीं हाँ चलो मूरे लगो ये जे छुट्टियां नहीं है तो फिर आए फिर लोगे तुसी की फायदा होया मेरा पिंड दे विच पढ़िया लिखा मैं हाँ पुत थोड़े माँ प्यो का अंगूठा साप ने चलो चलो थोड़ा जा दब के इधरों आए गए तुरद नाल थोड़े शरीर के सिखा टीचर बेशर्मी की गल आए तुर रहे हो इधर कदर मूह चके आ घर अपना हाँ अंदर नहीं बेटा साइकिल ला बता अंदर डंडा तक्कल भई होए तक्के नु यार एक्सीडेंट वेक्टर है सर जी नाना दे भी जिन्ना उच्चा दा घर पा रख्या मेरे दुख दी गोडे ने नहीं ता मैं आप ही ला लिया करा आजो आजो अंदर ही आजो जसनीत हां जी पानी लेके आ यार तुसी आवे गए इतनी छेती हुण तो गई सी ਉਹ ਛੁੱਟੀਆਂ ਕਰਤੀਆਂ ਮੈਡਮ ਨੇ ਪ੍ਰਿੰਸੀਪਲ ਨੇ ਮੈਨੂੰ ਤਾਂ ਦੱਸਿਆ ਵੀ ਨਹੀਂ ਹੈਗਾ ਵੀ ਛੁੱਟੀਆਂ ਨੇ ਦੱਸ ਤੁਸੀਂ ਤਾਂ ਜਮਾਈ ਪਲੱਕੜ ਹੋ ਗਏ
बैठो मोहाली बोर्ड ने पता क्यों भी शरीर को बयान वधिया पढ़ाउणा है शरीर दा तां बड़ा ख्याल रखदा मैं कोई ना मैडम ਨੂੰ ਸਤਿ ਸ਼੍ਰੀ ਅਕਾਲ ਬੁਲਾਈ ਆ ਮੈਂ ਬੁਲਾਤੀ ਸੀ ਕਦੋਂ ਬੁਲਾਈ ਆ ਜਦੋਂ ਉੱਥੇ ਗਏ ਨਹੀਂ ਦੁਬਾਰੇ ਬੁਲਾਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇੱਕ ਵਾਰੀ ਹੋਰ ਬੁਲਾਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਉਂ ਦੇਖ ਕੰਨਾ ਪਿਆਰ ਕਰਦੇ ਨੇ ਬੱਚੇ ਬਹੁਤ ਬਿਊਟੀਫੁਲ ਲੱਗ ਰਹੀ ਅੱਜ ਤੂੰ ਸੰਗ ਗਈ ਆਇ ਕਰੋ ਇਹੋ ਜਿਹਾ ਸੁਨੀਤਾ ਹਾਂ ਜੀ ਉਹ ਮੇਰਾ ਰਜਿਸਟਰ ਲਾ ਲਿਓ ਨਾਲ ਟੀਪਨ ਲਾ ਲਿਓ ਅੱਛਾ ਹਾਂ ਹੁਣ ਮੈਨੂੰ ਐਂ ਦੱਸੋ ਤੁਸੀਂ ਟਿਊਸ਼ਨ ਤੇ ਕਿਹਦੇ ਲਵੇ ਲੱਗੇ ਹੋਣਾ ਤੁਸੀਂ ਕੁਲਵੀਰ ਮੈਡਮ ਕੋਲ ਕਿਹੜੀ ਲਵੇ ਜਿਹਦਾ ਨਹਿਰ ਕੋਲ ਘਰ ਹੈ ਫੇਲ ਹੋਣਾ ਤੁਸੀਂ ਨਾ ਜੀ ਤੁਹਾਨੂੰ ਐਂ ਪਤਾ ਕਿੰਨੇ ਪੜ੍ਹੀ ਹੋਈ ਆ ਉਹ ਨਾ ਜੀ ਫੇਰ ਜੇ ਪਾਸ ਹੋਣਾ ਬੇਟਾ ਤਾਂ ਵਧੀਆ ਟੀਚਰ ਚੁਣੋ ਠੀਕ ਹੈ ਠੀਕ ਕੁਲਵੀਰ ਮੈਡਮ ਨੂੰ ਕੀ ਆਉਂਦਾ ਪਹਿਲਾਂ ਮੈਨੂੰ ਐਂ ਦੱਸੋ ਸਾਨੂੰ ਤਾਂ ਸਾਰੇ ਵਿਸ਼ੇ ਪੜ੍ਹਾਉਂਦੇ ਕੀ ਨਾਂ ਲਿਖਤਾ ਸੀਗਾ ਤੁਸੀਂ ਕੁਲਵੀਰ ਮੈਡਮ ਕੁਲਵੀਰ ਮੈਡਮ ਕੀ ਆਉਂਦਾ ਉਹਨੂੰ ਸਾਰੇ ਵਿਸ਼ੇ ਪੜ੍ਹਾਉਂਦੇ ਨੇ ਸਾਨੂੰ ਮਿਡ ਡੇ ਮੀਲ ਬਣਾਉਂਦੀ ਬਣਾਉਂਦੀ ਤਾਂ ਟੀਚਰ ਲੱਗ ਗਈ ਉਹਦਾ ਫੁੱਫੜ ਡੀ ਓ ਸੀਗਾ ਉਹਨੇ ਸਿਫਾਰਸ਼ ਪਾ ਕੇ ਰਖਾਈ ਤੀ ਉਹ ਬੇਟਾ ਉਹਦੇ ਲਵੋ ਹਟ ਜਾਓ ਜੇ ਫੇਲ ਹੋਣਾ ਤਾਂ ਉੱਥੇ ਹੀ ਲੱਗੇ ਰਹੋ ਮੈਂ ਕੁਛ ਨਹੀਂ ਕਹਿੰਦਾ ਇਹ ਨਾ ਕਹੋ ਵੀ ਮੈਂ ਉਸਨੂੰ ਧੱਕੇ ਨਾਲ ਆਪਦੇ ਕੋਲ ਲਾ ਰਿਹਾ ਮੇਰੇ ਲਵੇ ਤਾਂ ਬੱਚੇ ਫੁੱਲ ਨੇ ਮੇਰਾ ਤਾਂ ਬਲੌਗ ਫੁੱਲ ਹੈ ਮੈਂ ਫਿਰ ਵੀ ਤੁਹਾਡੇ ਬਾਰੇ ਸੋਚ ਲੈਂਦਾ ਕਿਉਂਕਿ ਗਮਾਂਡ ਮੱਥਾ ਆਪਣਾ ਤੁਸੀਂ ਉਰੇ ਆਓ ਮੇਰੇ ਕੋਲ ਸਰੀਰਕ ਸਿੱਖਿਆ 'ਚੋਂ ਕਿੰਨੇ ਨੰਬਰ ਦੀ ਤੇਰੇ ਹੋਏ ਮੇਰੇ ਹੀ ਹੈ ਮੇਰੇ ਹੈਗੇ ਸੀ 60 ਜੀ ਅੱਛਾ 60 ਦੀ ਕੋਈ ਨਾ ਪੁੱਤ ਮੈਂ ਬਤਾਉਂ ਆਏ ਵਾਲੀ ਚੀਜ਼ ਚੜਦੀ ਤੇਰੇ ਤੇ ਤਾਂ ਵਾਲੀ ਚੀਜ਼ ਚੜਦੀ ਆ ਮੈਨੂੰ ਸੌਣ ਲੱਗੇ ਪਤਾ ਨਹੀਂ ਤੂੰ ਕਿਹਾ ਜਾ ਤੇਰੇ ਤੇ ਤਾਂ ਨਾ ਵਾਲਾ ਹਰਖ ਜਾਂਦਾ ਠੀਕ ਨਹੀਂ ਹੈਗੇ ਜੀ ਨੰਬਰ ਤੇਰੇ ਨੰਬਰ ਮੈਂ ਬਤਾਉਂ ਪੁੱਤ ਤੇਰੀ ਅਸੈਸਮੈਂਟ ਮੈਂ ਲਾਊਂਗਾ ਹੁਣ ਕੁਲਵੀਰ ਮੈਡਮ ਲਵੋ ਹਟ ਜਾਓ ਤਿੰਨ ਵਾਰੀ ਤਾਂ ਸੱਪ ਲਈ ਆ ਗਈ ਉਹਦੀ ਮੈਂ ਪਾਸ ਕਰਵਾਈ ਆ ਉਹ ਤੁਹਾਡੇ ਘਰੇ ਚੱਲਦਾ ਮੈਂ ਤੁਹਾਡੀ ਮੰਮੀ ਲਵੇ ਚੱਲਦਾ ਮੈਂ ਠੀਕ ਹੈਗੇ ਤੇਰੀ ਮੰਮੀ ਘਰੇ ਹਾਂ ਘਰੀ ਆਈ ਹਾਂ ਹਾਂ ਮੈਂ ਟੀ ਸ਼ਰਟ ਜਿਹਾ ਬਦਲਣਾ ਸਾਲਟ ਇੱਕਦਮ ਭੁੱਲਦਾ ਵਾਲਾ ਪਤਾ ਨਹੀਂ ਲੱਗਦਾ ਮੈਂ ਕਿਹੜੇ ਨੰਬਰ ਕਿੱਥੇ ਲਾ ਦਿੰਦਾ ਅਸੀਂ ਜਾਈਏ ਫਿਰ ਹੈ ਨਾ ਨਾਲ ਲੈ ਕੇ ਜਾਊਂ ਠੀਕ ਹੈ ਹੁਣ ਖੜਾ ਹੋ ਜਾ ਪੁੱਤ ਤੂੰ ਤਾਂ ਤੇਰੇ ਤਾਂ ਵਾਲੀ ਚੀਜ਼ ਚੜਦੀ ਹੈ ਮੈਨੂੰ ਸਮਝ ਲੱਗੇ ਬਟਨ ਖੋਲੇ ਦੇ ਬੇਟਾ ਬੈਠੀ ਖੋਲ ਦੇ ਸਿੱਧਾ ਖੜ ਜਾ ਮੇਰਾ ਖੜਾ ਕੀ ਬਗਲੇ ਜੇ ਮੰਗੂ ਖੜੇ ਮੋਢਾ ਦੁਖਦਾ ਜੀ ਕੋਈ ਨਾ ਸਿੱਧਾ ਖੜ ਫਿਜੀਕਲ ਵਾਲਾ ਮਾਸਟਰ ਆ ਮੈਨੂੰ ਸਰੀਰ ਸੈੱਟ ਕਰਨਾ ਆਉਂਦਾ ਆ ਲਓ ਜੀ ਠੀਕ ਚਲੋ ਘਰੇ ਚੱਲਦਾ ਤੁਹਾਡੇ ਠੀਕ ਹੈ ਜਸਨੀਤ ਮਾੜਾ ਜਿਹਾ ਮੈਂ ਜਾ ਆਵਾਂ ਚੰਗਾ ਇਹਨਾਂ ਦੇ ਘਰੇ ਜਾ ਕੇ ਆਉਣਾ ਵਾ ਬੱਚਿਆਂ ਦੇ ਹਾਂ ਕਰੀ ਰਹੀ ਅੰਦਰ ਪਏ ਹੋ ਤੁਸੀਂ ਬੈਡ ਵਾਲੇ ਚੋ ਧੁੱਪੇ ਨਾ ਫਿਰਿਆ ਕਰੋ ਰੰਗ ਟੈਨ ਹੋ ਜੂ ਤੁਹਾਡਾ ਚਲੋ ਚਿਲਡਰਨਸ ਚਲੋ ਚਲੋ ਪੁੱਤ ਅੱਗੇ ਤੁਰੋ ਹੁਣ ਆ ਭੋਲੇ ਜੀ ਕਾ ਤੂੰ ਤੁਰ ਦੋ ਜਦੋਂ ਗਲਤੀ ਆ ਛੋਟੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਆ ਬੱਚੇ ਕਿੱਧਰ ਤੁਰੇ ਫਿਰਦੇ ਨੇ ਤੁਹਾਡੇ ਜੀ ਸਕੂਲ ਜਾਂਦੇ ਨੇ ਭਾਈ ਕਿੱਥੇ ਗਏ ਨੇ ਜੀ ਤਾਂ ਉੱਥੇ ਫਿਰਦੇ ਦੀ ਨਹਿਰ ਤੇ ਹੁਣ ਹੱਕ ਕੇ ਲੈ ਆਂ ਕੰਮ ਭੇਜਿਆ ਸੀ ਕੀ ਕੰਮ ਭੇਜਿਆ ਸੀ ਪਸਾਓ ਪੁੱਛ ਰਹੇ ਮੰਮੀ ਨੇ ਆਟਾ ਲੈਣ ਭੇਜੇ ਦੁਕਾਨ ਤੋਂ ਹੀ ਇੱਧਰ ਕਿੱਥੇ ਆਈ ਆਟਾ ਖੇਤਾਂ 'ਚ ਦੁਕਾਨ ਤੇ ਇੱਧਰ ਹੂ ਆਟਾ ਬੇਟਾ ਨਹੀਂ ਚਲੋ ਕਿਸੇ ਨਾਲ ਵਾਦ ਨਹੀਂ ਜੀ 7 ਦਿਨਾਂ ਦੇ ਛੁੱਟੇ ਨੇ ਘਰੇ ਪੜਾਓ ਜੀ ਇਹਨਾਂ ਨੂੰ ਤੁਸੀਂ ਫੇਰ ਕਹਿਣਗੇ ਬੱਚੇ ਫੇਲ ਹੋ ਗਏ ਫੇਲ ਕਰਾਉਣੇ ਨੇ ਜੀ ਜਵਾਕ
ਤੁਸੀਂ ਮੱਝਾ ਡਾਹੋ ਮੜਾ ਜੀ ਉਰੇ ਮੈਂ ਤੁਹਾਡੇ ਨਾਲ ਗੱਲ ਕਰਦਾ ਮੇਰਾ ਗਮਾਟ ਮੱਥਾ ਜੀ ਮੈਂ ਤਾਂ ਹੀ ਜੇ ਮਾਰਦਾ ਉਰੇ ਆ ਜਾਓ ਜੀ ਆ ਜਾਓ ਆ ਜਾਓ ਮਾਸੀ ਜੀ ਤੁਸੀਂ ਵੀ ਆ ਜਾਓ ਹਾਂ ਜੀ ਧੀਰੇ ਛੇਤੀ ਲਿਆਵਾ ਜਾਣਾ ਅੱਗੇ ਬਹੁਤ ਕੰਮ ਨੇ ਹੋਰ ਆ ਜਾਓ ਆ ਜਾਓ ਪੈ ਜਾਓ ਜੀ ਆਪਾਂ ਗੱਲ ਕਰਾਂਗੇ ਕੰਮ ਦੀ ਬੱਚਿਆਂ ਪ੍ਰਤੀ ਗੱਲ ਕਰਾਂਗੇ ਜੀ ਤੂੰ ਤਾਂ ਤਰਪਾ ਮਾਤਾ ਪਿਤਾ ਦੇ ਬੱਚੇ ਦੂਰ ਹੋ ਜਾਣ ਤਾਂ ਟੀਚਰੀ ਮਾਤਾ ਪਿਤਾ ਹੁੰਦੇ ਨੇ ਸਾਨੂੰ ਪਤਾ ਗੱਲ ਥੋੜੀ ਛੇਣੀ ਹੈ ਜੀ ਮੈਂ ਕੁੱਟੂ ਮੇਰਾ ਬੱਚਾ ਯਾਰ ਮੈਨੂੰ ਪਤਾ ਹੈਗਾ ਮੈਂ ਕਿਵੇਂ ਇੰਨਾ ਤਾਂ ਨਹੀਂ ਕੁੱਟਣਾ ਚਾਹੀਦਾ ਜੀ ਦੇਖੋ ਫਿਰ ਤੁਸੀਂ ਬੱਚੇ ਆਪਦੇ ਯਾਰ ਘਰੇ ਰੱਖ ਲਓ ਵਧੀਆ ਪੜ੍ਹਦੇ ਨੇ ਤੁਹਾਡੇ ਬੱਚੇ ਵਧੀਆ ਪੜ੍ਹਦੇ ਨੇ ਸਰੀਰਕ ਸਿੱਖਿਆ ਮੇਰੇ ਲਵੇ ਠੀਕ ਹੈ ਸਰੀਰਕ ਸਿੱਖਿਆ ਵਧੀਆ ਪੜ੍ਹਦੇ ਨੇ ਤੁਹਾਡੇ ਬੱਚੇ ਪਰ ਟਿਊਸ਼ਨ ਤੇ ਕਿਉਂ ਹੋਰ ਲਵੇ ਲਾ ਰੱਖੇ ਨੇ ਅੱਛਾ ਜੀ ਤੁਹਾਨੂੰ ਇਸ ਗੱਲ ਦਾ ਗੁੱਸਾ ਵੀ ਟਿਊਸ਼ਨ ਤੇ ਹੋਰ ਲਵੇ ਲਾ ਰੱਖੇ ਨਹੀਂ ਮੈਨੂੰ ਗੁੱਸਾ ਨਹੀਂ ਮੈਨੂੰ ਇਹਨਾਂ ਦੇ ਫਿਊਚਰ ਦੀ ਸੋਚ ਆ ਯਾਰ ਚਲੋ ਸਾਇੰਸ ਦਾ ਕੀ ਆਉਂਦਾ ਸਾਨੂੰ ਐ ਦੱਸੋ ਖੜੇ ਹੋ ਜਾਓ ਪਹਿਲਾਂ ਤਾਂ ਖੜੇ ਹੋ ਤੁਸੀਂ ਉਰੀ ਬੈਠੇ ਰਹੋ ਸਾਵਧਾਨ ਹੋ ਜਾਓ ਸਾਵਧਾਨ ਹੋ ਜਾਓ ਬੀਸਰਾਮ ਹਾਂ ਹੁਣ ਸਾਵਧਾਨ ਦੁਬਾਰੇ ਕਰੋ ਹੁਣ ਬੀਸਰਾਮ ਕਰੋ ਹੁਣ ਆਪਾਂ ਸਾਇੰਸ ਤੇ ਆਉਣਾ ਪਹਿਲਾਂ ਮੈਨੂੰ ਐਂ ਦੱਸੋ ਸਾਇੰਸ ਪੜ੍ਹਾਵਾਂ ਆਹ ਡੰਡਾ ਥੱਲੇ ਕਿਉਂ ਗਿਆ ਤਾਂ ਕਿਉਂ ਨਹੀਂ ਗਿਆ ਸਾਇੰਸ ਕਹਿ ਰਹੀ ਹੈ ਮੈਂ ਦੱਸੋ ਕਿਉਂ ਗਿਆ ਦੱਸੋ ਮੈਂ ਨਹੀਂ ਕਹਿ ਰਿਹਾ ਸਾਇੰਸ ਕਹਿ ਰਹੀ ਹੈ ਭਾਰੀ ਹੈ ਜੀ ਡੰਡਾ ਹੈ ਡੰਡਾ ਭਾਰੀ ਹੈ ਜੀ ਸਰੀਰਕ ਸਿੱਖਿਆ ਜਿਦਾ ਪਿਆਰ ਹੈ ਹੀ ਨਹੀਂ ਇਹ ਤਾਂ ਮੁੱਢਲੀ ਸਹਾਇਤਾ ਕਹਿ ਰਹੀ ਹਰ ਇੱਕ ਮਾਸਟਰ ਪਿਆਰ ਨਾਲ ਪੜ੍ਹਾਉਂਦਾ ਜੀ ਇੰਨਾ ਗੁੱਸਾ ਸੀ ਤੁਹਾਡੇ ਚ ਹੀ ਦੇਖੇ ਮੈਨੂੰ ਬਹੁਤ ਚੀਜ਼ ਚੜ੍ਹਦੇ ਤੁਹਾਡੇ ਤੇ ਕਿਉਂਕਿ ਤੁਸੀਂ ਪੜ੍ਹਦੇ ਇੱਕ ਸਵਾਲ ਹੋਰ ਪੁੱਛਦਾ ਤੁਸੀਂ ਇੱਥੇ ਬੈਠੇ ਰਹੋ ਬੀਬੀ ਜੀ ਹਵਾ ਥਾਂ ਕਿਉਂ ਘੇਰਦੀ ਹੈਗੀ ਸਾਇੰਸ ਦਾ ਸਵਾਲ ਆ ਮੈਂ ਨਹੀਂ ਕਹਿ ਰਿਹਾ ਸਾਇੰਸ ਕਹਿ ਰਹੀ ਇਹ ਹੈ ਤੂੰ ਦੱਸ ਓਏ ਤੂੰ ਦੱਸ ਸਾਵਧਾਨ ਹੋ ਜਾਓ ਪਹਿਲਾਂ ਤਾਂ ਸਾਵਧਾਨ ਹੋ ਜਾਓ ਹਵਾ ਥਾਂ ਕਿਉਂ ਘੇਰਦੀ ਹੈ ਕਿਉਂ ਨਹੀਂ ਘੇਰਦੀ ਜਦੋਂ ਬੁਲਬਲੇ ਚ ਹਵਾ ਚੋਗਣ ਭਰ ਕੇ ਪਾਉਂਦੀ ਆ ਜਦੋਂ ਬੁਲਬਲ ਨੀ ਜੋਗਣ ਆਉਂਦੇ ਜੀ ਹਵਾ ਭਰ ਦੇ ਥਾਂ ਘੇਰਦੀ ਨੀ ਸਾਇੰਸ ਕਹਿ ਰਹੀ ਆ ਮੈਂ ਨੀ ਕਹਿ ਰਿਹਾ ਚਲੋ ਜੀ ਇਹ ਤਾਂ ਇਹਦਾ ਹੋ ਗਈ ਸਾਇੰਸ ਸਾਇੰਸ ਆਉਂਦੀ ਨੀ ਹੈਗੀ ਮੈਥ ਦੱਸੋ ਆ ਮੈਥ ਦਾ ਪੁੱਛੋ ਹੀ ਸਵਾਲ ਕਿਹੜਾ 80 ਦਾ ਪਹਾੜਾ ਸੁਣਾਓ ਸੁਣਾ ਦੋ ਪੰਜ ਤੱਕ ਹੀ ਸੁਣਾ ਦੋ 80 ਦਾ ਪਹਾੜਾ ਸਾਵਧਾਨ ਹੋ ਜਾਓ ਨਾਲੇ ਕਾਟੀਆਂ ਲਾ ਲਾ ਕੇ ਸੁਣਾ ਦੋ 80 ਇੱਕ ਮੱਸੇ 80 ਦੂਣਾ 100 ਜੀ 80 ਦੂਣਾ 80 ਦੂਣਾ 80 ਇੱਕ ਮੱਸੇ 80 ਦੂਣਾ 160 ਹੈ 160 ਹੁਣ ਦੇਖੋ ਜੀ ਕਿਹਦੀ ਮੰਨਾ ਮੈਂ 120 ਨਹੀਂ ਫਿਰ ਉਹ ਸਹੀ ਦੱਸ ਰਿਹਾ ਜੀ ਸਹੀ ਦੱਸ ਰਿਹਾ 160 ਹੀ ਹੁੰਦਾ ਜੀ ਅਸੀਂ ਖੜ ਜਾਓ ਜੀ ਮੈਂ ਹੁਣ ਦੱਸ ਦਿੰਦਾ 80 ਤੇ 80 ਇਹ ਹਾਂ 160 ਕਿਹਨੇ ਕਿਹਾ ਤੀਗਾ ਤੂੰ ਸਹੀ ਆ ਹੁਣ ਆਪਾਂ ਸਰੀਰਕ ਸਿੱਖਿਆ ਤੇ ਆਉਣਾ ਬੇਸੀ ਤਿੰਨ ਨੇ ਮੇਰੇ ਲਵੇ ਸਰੀਰਕ ਸਿੱਖਿਆ ਮੇਰਾ ਫੇਵਰੇਟ ਆ ਹੁਣ ਆਪਾਂ ਸਰੀਰਕ ਸਿੱਖਿਆ ਤੇ ਆ ਜਾਂਦੇ ਸਾਵਧਾਨ ਹੋ ਜਾ ਐ ਪੜਾਉਣੇ ਪੈਂਦੇ ਨੇ ਬੇਬੇ ਫਿਰ ਤਨਖਾਹ ਨਹੀਂ ਲੈਂਦਾ ਭਾਈ ਤੂੰ ਸਾਵਧਾਨ ਮੁੱਢਲੀ ਸਹਾਇਤਾ ਕਿਵੇਂ ਦੇਵਾਂਗੇ ਆਪਾਂ ਇਹ ਦੱਸ ਬਾਸੀ ਕਿਉਂ ਆਉਂਦੀ ਆ ਬਾਸੀ ਕਾਹ ਤੋਂ ਆਉਂਦੀ ਆ ਨੀਂਦ ਆਊਗੀ ਬਾਸੀ ਤਾਂ ਆਊਗੀ ਜੇ ਨੀਂਦ ਨਾ ਆਵੇ ਜੇ ਨੀਂਦ ਨਾ ਆਵੇ ਹਾਏ ਹਾਏ ਮਾਸਟਰ ਚਲੋ ਬਾਰੀਆਂ ਗੱਲਾਂ ਚ ਫਾਇਦਾ ਨੀ ਦੇਖ ਲਾ ਬੇਬੇ ਪੜ੍ਹਦੇ ਨੇ ਇੱਕ ਵੀ ਸਵਾਲ ਨੀ ਡੰਡਾ ਥੱਲੇ ਸਿੱਟਿਆ ਤੇ ਉਹਦੇ ਬਾਰੇ ਨੀ ਦੱਸਿਆ ਉੱਤਲ ਦਰਪਣ ਕੀ ਹੁੰਦਾ ਦੱਸੋ ਫੋਟੋ ਆਉਂਦੀ ਹੈ ਜੀ
ਪੁੱਤ ਮੈਂ ਆਜੂ ਤੇਰੇ ਚ ਨਹੀਂ ਨਹੀਂ ਬਹਿਜੋ ਬਹਿਜੋ ਕੋਈ ਨਹੀਂ ਬਹਿਜੋ ਬਹਿਜੋ ਚੀਚੀਆਂ ਨਾ ਜਿਹੜਾ ਉੱਥੇ ਨਹਿਰ ਤੋਂ ਕੁੱਟਦਾ ਲੈ ਆ ਬੇਬੇ ਨਾਲ ਸਾਡੇ ਚ ਵਕਤ ਆਦੇ ਹੀ ਰਹੇ ਤੇਰੇ ਕੋਲੇ ਪੜਦੇ ਬਾਹਰ ਲੱਗਣਗੇ ਵੀ ਇਹ ਤਾਂ ਜਮੀ ਮਾੜਾ ਹੋ ਗਿਆ ਡੀਸੀ ਦਫ਼ਤਰ ਚ ਜੇ ਨਾ ਲੱਗੇ ਮੈਨੂੰ ਫੜ ਦੇ ਜੇ ਇਸ ਹਾਲ ਰਿਹਾ ਨਾ ਤੁਹਾਡੇ ਸਕੂਲ ਦਾ ਤਾਂ ਸਾਨੂੰ ਸਕੂਲ ਹੀ ਬਦਲਣਾ ਪਏਗਾ ਹੋਰ ਜੀ ਹੁਣ ਕਿਵੇਂ ਕਰਨਾ ਕੁਲਵੀਰ ਮੈਡਮ ਲਵੇ ਲੱਗਣਾ ਕਿ ਮੇਰੇ ਲਵੇ ਐਂ ਦੱਸੋ ਜੇ ਤਾਂ ਲੱਗਣਾਗਾ ਡੀਸੀ ਦਫ਼ਤਰ ਚ ਪੱਕੇ ਫਿਰ ਤਾਂ ਯਾਰ ਮੇਰੇ ਲਵੇ ਲੱਗ ਜੂ ਨਾ ਮੈਂ ਤਾਂ ਡੀਸੀ ਦਫ਼ਤਰ ਚ ਲਿਖਾਉਂਗਾ ਬਸ ਫਿਰ ਮੇਰੇ ਲਵੇ ਭੇਜੋ ਕਿੰਨੀ ਫੀਸ ਦਿੰਦੇ ਹੋਗੇ ਕੁਲਵੀਰ ਮੈਡਮ ਨੂੰ ਦੇ ਦਿੰਦੇ 700 ਰੁਪਇਆ ਤੈਨੂੰ 350 ਨਾ ਇਹ ਤਾਂ ਘੱਟ ਹੈ ਤੈਨੂੰ 750 ਚਲ ਬਾਲਾ ਨਹੀਂ ਮੈਂ ਕਹਿੰਦਾ ਦੋ ਬੱਚੇ ਮੇਰੇ ਹੋਊਗੇ 7 ਇੱਕ ਤੜਕੇ ਬਚ ਗਿਆ ਚਲ ਰੁਪਇਆ 600 ਦੇ ਦਿਓ ਦੋਨਾਂ ਦਾ ਜੀ ਹੈ ਦੋਨਾਂ ਦਾ ਇੱਕ ਇੱਕ ਦਾ 7 ਨਾ ਨਾ ਜੀ 600 ਤਾਂ ਬਹੁਤ ਜ਼ਿਆਦਾ ਜੀ ਉਹ ਫਿਰ ਸਬਜੈਕਟ ਵੀ ਤਿੰਨ ਪੜਾਉਂਦੀ ਹੈ ਜੀ ਚਲ 500 ਦੇ ਦਿਓ ਅਸੀਂ ਤਾਂ ਸਾਰੇ ਹੀ 500 ਦੇਵਾਂਗੇ ਪੜਾਉਣੇ ਪੜਾਉਂਦੇ ਨਹੀਂ ਸਾਡੇ ਬੱਚੇ ਚੱਲ ਦੋਨੇ ਭੇਜ ਦਿਓ ਸਰੀਰਕ ਸਿੱਖਿਆ ਲੈ ਕੇ ਆਏ ਉਹ ਪਹਿਲਾਂ ਦੇਖੋ ਹੁਣ ਜਿਹੜੀਆਂ ਮੈਡਮਾਂ ਨੇ ਉੱਥੇ ਉਹ ਉੱਥੇ ਕੰਮ ਕਰੀ ਜਾਂਦੇ ਨੇ ਕਿਹੜਾ ਪੜਾਉਂਦਾ ਦੋ ਤਿੰਨ ਮਾਸਟਰ ਵਧੀਆ ਹੁੰਦੇ ਨੇ ਮਾਸਟਰ ਤਾਂ ਸਾਰੀ ਜੀ ਸਰਕਾਰ ਦੇ ਲੁੱਟਣ ਦੇ ਲੱਗੇ ਹੋਏ ਨੇ ਪੜਾਉਂਦਾ ਤਾਂ ਕੋਈ ਨਹੀਂ ਨਹੀਂ ਮੇਰੇ ਚਲੋ ਤੁਹਾਡਾ ਵੀ ਰਿਜ਼ਲਟ ਦੇਖ ਲਾਂਗੇ ਹਾਂ ਦੇਖ ਲਿਓ ਦੇਖ ਲਿਓ ਪਤਾ ਲੱਗ ਜੂ ਅੱਜ ਟਿਊਸ਼ਨ ਤੇ ਭੇਜੋ ਇਹਨਾਂ ਨੂੰ 4 ਵਜੇ 4 ਵਜੇ ਜੀ ਹਾਂ 7 ਦਿਨਾਂ ਦੀਆਂ ਛੁੱਟੀਆਂ ਨੇ ਚੰਗਾ ਮਾਸਟਰ ਜੀ ਚਾਹ ਦਾ ਬਾਰੇ ਨਹੀਂ ਜਾਣਾ ਨਾ ਮੈਂ ਜਾਣਾ ਵੇ ਜਾਣਾ ਮੈਂ ਭਾਈ ਚਾਹ ਤਰਖੀ ਆ ਨਾ ਨਾ ਬਸ ਜਾਣਾ ਹੁਣ ਲੱਗ ਗਿਆ ਪਤਾ ਸਾਇੰਸ ਕੀ ਕਹਿੰਦੀ ਆ ਚੱਲ ਕੋਈ ਗੱਲ ਨਹੀਂ ਚੱਲ ਮਾਸਟਰ ਜੀ ਹੁਣ ਨਾ ਕੁੱਟੋ ਮੈਂ 4 ਵਜੇ ਆਪ ਭੇਜ ਦੂੰ ਹਾਂ ਭੇਜੋ ਭੇਜੋ ਬੱਚੇ ਭੇਜੋ ਮੇਰੇ ਦੁੱਖ ਦੀ ਗੋਡੇ ਨਹੀਂ ਕੋਈ ਨਹੀਂ ਮਾਸਟਰ ਜੀ ਇੰਨਾ ਨਾ ਤੁਸੀਂ ਕੁੱਟਿਆ ਕਰੋ ਜਵਾਕ ਸਾਡਾ ਵਾਲਾ ਅੱਧਾ ਹੀ ਕੱਟਣਾ ਤੁਸੀਂ ਕੁੱਟ ਕੁੱਟ ਹੈ ਲੈ ਪੁੱਤਾ ਏ ਬੀ ਸੀ ਡੀ ਦੇ ਥੱਲੇ ਲਿਖ ਲਿਖ ਕੇ ਦਿਖਾ ਮੈਨੂੰ ਏ ਬੀ ਸੀ ਡੀ ਚੰਗਾ ਆਜੋ ਆਜੋ ਆਜਾ ਤੀਰਾ ਹੋਰ ਵਧੀਆ ਲੈ ਆ ਬੱਚੇ ਬਹਿਜੋ ਬਾਈ ਬਹਿਜੋ ਥੱਲੇ ਬਹਿਜੋ ਹਾਂ ਹਾਂ ਆ ਬੱਚੀ ਸੁਧਰ ਜੋ ਹੁਣ ਚੱਲ ਧੀਰੇ ਜੀ ਤੁਸੀਂ ਜਾਓ ਨਾ ਨਾ ਕੋਈ ਨਾ ਕੋਈ ਨਾ ਹਾਂ ਹਾਂ ਲੈ ਵੀ ਪਹਿਲਾਂ ਸਰੀਰਕ ਸਿੱਖਿਆ ਪੜ੍ਹਦੇ ਆ ਤੁਹਾਨੂੰ ਕੰਮ ਦਿੰਦਾ ਮੈਂ ਚੰਗਾ ਲੈ ਵੀ ਸਿੰਮੂ ਆਪਾਂ ਕਰੀਏ ਫਿਰ ਸਰੀਰਕ ਸਿੱਖਿਆ ਕਰਦੇ ਆਪਾਂ ਪਹਿਲਾਂ ਤੁਹਾਨੂੰ ਰੋਮਣ ਅੰਕ ਪਾਏ ਹੋਏ ਨੇ ਉਹ ਕੱਲ ਵਾਲਾ ਕੰਮ ਮੈਨੂੰ ਕੱਲੀ ਕੱਲੀ ਕਾਪੀ ਚੈੱਕ ਕਰਾਇਓ ਠੀਕ ਆ ਹਾਂ ਸਿੱਕ ਕਿਉਂ ਆਉਂਦੀ ਆ ਪਤਾ ਕਿਸੇ ਨੂੰ ਕੋਈ ਨਾ ਪਹਿਲਾਂ ਦਿਨ ਸਭ ਪਤਾ ਲੱਗੂ ਸਿੱਕ ਕਿਉਂ ਆਉਂਦੀ ਆ ਟਕਾਰ ਕਿਉਂ ਆਉਂਦੇ ਨੇ ਠੀਕ ਹੈ ਕਿਉਂਕਿ ਸਰੀਰਕ ਸਿੱਖਿਆ ਮੋਹਾਲੀ ਬੋਰਡ ਨੇ ਮੈਨੂੰ 3 ਵਾਰੀ ਸਨਮਾਨਿਤ ਕੀਤਾ ਹੈਗਾ ਕਿਉਂ ਕੀਤਾ ਵੀ ਦਲਬੀਰ ਮੁੱਢਲੀ ਸਹਾਇਤਾ ਵਧੀਆ ਦੱਸਦਾ ਠੀਕ ਹੈ ਸਿੰਮੂ ਤੇਰੇ ਤੇ ਗੱਲ ਆਊ ਸਾਰੀ ਤੂੰ ਵੱਡਾ ਹੈ ਨਿੱਜੀ ਸਫਾਈ ਤੋਂ ਪਤਾ ਕੁਛ ਕੀ ਹੁੰਦਾ ਨਿੱਜੀ ਸਫਾਈ ਪਤਾ ਨੀ ਗਾ ਕੋਈ ਨਾ ਪਹਿਲਾਂ ਦਿਨ ਅੱਜ ਤੁਹਾਡਾ ਅਵਤਾਰ ਵਿਸ਼ੇਸ਼ਤਾ ਮੈਂ ਦੱਸਦਾ ਤੁਹਾਨੂੰ ਨਿੱਜੀ ਸਫਾਈ ਤੋਂ ਤੁਹਾਡਾ ਕੀ ਭਾਵ ਹੈ ਨਿੱਜੀ ਸਫਾਈ ਨੂੰ ਛੱਡ ਕੇ ਆਪਾਂ ਪਹਿਲਾਂ ਸਰੀਰ ਦੀਆਂ ਵਿਸ਼ੇਸ਼ਤਾਵਾਂ ਦੱਸਦੇ ਆ ਇਹਨੂੰ ਪਈ ਰਹਿਣ ਦੇ ਇੱਥੇ ਵਿਸ਼ੇਸ਼ਤਾਵਾਂ ਬਾਬੇ ਨੂੰ ਬਿਹਾਰੀ ਸੱਸੇ ਨੂੰ ਲਾਮ ਵਿਸ਼ੇਸ਼ਥਾਵਾਂ ਵਿਸ਼ੇਸ਼ਤਾਵਾਂ ਕਿਉਂ ਬਾਈ ਠੀਕ ਆ ਗਲਤ ਹੈ ਹੈ ਵਿਸ਼ੇਸ਼ ਨਹੀਂ ਪਾਇਆ ਇੱਕ ਸੱਸਾ ਖਾ ਗਏ ਜੀ ਤੁਸੀਂ ਬੂਰੇ ਪਾਵਾਂ ਕਿ ਪਿੱਛੇ 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 ਪਤਾ ਤਾਂ ਮੈਨੂੰ ਸਾਰਾ ਪਰ ਸੋਡੇ ਤੇ ਦੇਖਦਾ ਵੀ ਕੀ ਗੱਲਬਾਤ ਹੈ ਠੀਕ ਆ ਵਿਸ਼ੇਸ਼ਥਾਵਾਂ ਠੀਕ ਆ ਬਾਈ ਠੀਕ ਨੇ ਵਿਸ਼ੇਸ਼ਥਾਵਾਂ ਹਾਂ ਕੋਈ ਗੱਲ ਨਹੀਂ ਬੱਚਿਆਂ ਤੋਂ ਹੀ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੁਣ ਆਪਾਂ ਪਹਿਲਾਂ ਦੇਖਦੇ ਹਾਂ ਕਿ ਵੀ ਜਿਹੜਾ ਸਰੀਰ ਹੈ ਹੁਣ ਮੇਰੀ 40 ਦੀ ਉਮਰ ਹੋ ਗਈ ਮੈਂ ਕਿਉਂ ਫਰਤੀਲਾ ਹਾਂ ਸਰੀਰ ਪਿਆ ਨਾ ਮੇਰਾ ਬੁਰਜੀ ਵਰਗਾ ਜਮਾਂ ਐਂ ਹੈਗਾ ਦੇਖੋ ਇਹ ਫਿੱਟ ਸਰੀਰ ਕਹਿੰਦੇ ਨੇ ਇਹਨੂੰ ਹਾਂ ਸਰੀਰ ਤੋਂ ਉੱਤੇ ਕੁਛ ਨਹੀਂ ਹੈਗਾ ਜੇ ਬੰਦੇ ਦਾ ਸਰੀਰ ਹੀ ਨਹੀਂ ਹੈਗਾ ਤਾਂ ਕੀ ਹੈਗਾ ਜਹਾਨ ਦੇ ਉੱਤੇ ਹੈ ਨਾ ਸਹੀ ਗੱਲ ਹੈ ਜੀ ਹੁਣ ਆਪਾਂ ਇਹਦੇ ਵਿੱਚ ਕਰ ਦਿਆਂਗੇ ਜਲਦੀ ਜੱਜਾ ਲੱਲਾ ਦੱਦਾ ਨੂੰ ਇਹਨੂੰ ਕੀ ਕਹਿੰਦੇ ਨੇ ਉਹ ਬਿਹਾਰੀ ਬਸ ਕਾਮਯਾਬ ਬਿਹਾਰੀ ਸਵੇਰੇ ਜਲਦੀ ਉੱਠਣਾ ਚਾਹੀਦਾ ਉੱਠਣਾ ਚਾਹੀਦਾ ਉੱਠ ਜਾ ਹੁਣ 10 ਵੱਜ ਗਏ 5 ਮਿੰਟ ਹੋਰ ਸੋ ਜਾ
5 ਮਿੰਟ ਨੂੰ ਕੀ ਹੋ ਜੂ ਕੋਈ ਨਾ 5 ਮਿੰਟ ਹੋ ਜਾ ਫਿਰ ਉੱਠ ਦੋ ਛੇਤੀ ਕਰ ਚਾਹ ਕਰ ਲਈ ਆਹੋ ਕੋਈ ਨਾ ਉੱਠ ਦੋ ਸਵੇਰੇ ਜਲਦੀ ਉੱਠੋ ਠੀਕ ਹੈ ਜੀ ਐਦਾਂ ਕਰੋ ਬਾਡੀ ਹਾਂ ਸਵੇਰੇ ਉੱਠੋ नशे शरीर नूं गाल देने सवेरे उठो हो गया तीगा एक हानिकारक ने नशे हां हानिकारक शराब नहीं पीनी शराब का लीवर खराब कर देंदी आ पुत हाँ ये ना पियो ठीक है जी कोई होर नशा ना करो मेडिकल कोई नशा ना करो क्योंकि तुसीं पंजाब दी पनीरी हो पुत ਇਹ ਤੇ ਤਾਂ ਸਵਾਲ ਉੱਠਦੇ ਨੇ ਠੇਕੇ ਤਾਂ ਪੈਸੇ ਕਮਾ ਰਹੇ ਨੇਗੇ ਦੁਨੀਆ 'ਚ ਗੌਰਮੈਂਟ ਆ ਠੇਕਿਆਂ ਤੋਂ ਪੈਸਾ ਲੈ ਰਹੇ ਨੇ ਵਿਦਾਊਟ ਟੈਕਸ ਕੀ ਲੈ ਰਹੇ ਨੇ ਟੈਕਸ 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 ਕੀ ਹੁੰਦਾ ਜੀ ਤੂੰ ਪਹਿਲਾਂ ਨਾ ਪਹਿਲਾਂ ਤੂੰ ਮੁੱਢਲੀ ਸਹਾਇਤਾ ਤੇ ਆ ਜਾ ਸਰੀਰਕ ਸਿੱਖਿਆ ਤੇ ਆ ਜਾ ਵੱਡਾ ਟੈਲੀ ਨਾ ਬਣ ਠੀਕ ਹੈ ਤੈਨੂੰ ਮੈਂ ਅਕਾਊਂਟ ਵੀ ਕਰਾਊਂਗਾ ਤੈਨੂੰ ਦੱਸੂ ਇਨਕਮ ਟੈਕਸ ਵਾਲੇ ਕਿਵੇਂ ਪਰੇਡ ਮਾਰਦੇ ਨੇ ਠੀਕ ਹੈ ਜਸਨੀਤਾ बच्चे मैडम नू कह के पानी लेके आओ एक जना जाओ हाँ एक जना जाओ ए हानिकारक होगी भाई शराब क्यों ठीक है शराब होर भी नशे हो गए जिमे चिट्टा सिग्नेचर कैप्सूल मेरे दुख दी गोडे ने वो सौ लगे हाँ, कोई ना बेटा तुसी भी सुन दो छोटे हो हौली हौली पढ़ाउणी बू सोनू तीजी विशेषतावां भाई ਇੱਥੇ ਧਰ ਦੇ ਇੱਥੇ ਜਿਸ ਨਹੀਂ ਧਰ ਜਾ ਉਹ ਕੋਈ ਨਾ ਆ ਪਹਿਲਾਂ ਬੰਤ ਦਾ ਮੁੰਡਾ ਨਹੀਂ ਹੈ ਕਿਹੜਾ ਆਹ ਲੈ ਹਾਂ ਹਾਂ ਬੰਤ ਦੀ ਆ ਇਹ ਕਿੰਨਾ ਸੋਹਣਾ ਹੈ ਨਾ ਅੱਛਾ ਨਾਲੇ ਗੱਲ ਸੁਣ ਹਾਂ ਮੰਮੀ ਦਾ ਫੋਨ ਆਇਆ ਸੀ ਪਿੰਡ ਤੋਂ ਹਾਂ ਆਪਾਂ ਨੇ ਕੱਲ ਪਿੰਡ ਜਾ ਕੇ ਆਣਾ ਕਿਉਂ ਉਹਨਾਂ ਨੇ ਜਗਰਾਤਾ ਕਰਾਇਆ ਅੱਛਾ ਸ਼ਾਮ ਨੂੰ ਜਾਣਾ ਆਪਾਂ ਨੇ ਸ਼ਾਮ ਨੂੰ ਚਲ ਕੋਈ ਨਾ ਫਿਰ ਵਗ ਜਾਾਂਗੇ ਠੀਕ ਹੈ ਹਾਂ ਜਨੀਤਾ ब्यूटीफुल लग रही है और संग दी है छोटी मैडम ला भाई गल सुनो कोई ना जावांगे हाँ भाई ये हो गए तीन विशेषतावां ठीक है मुढ़ली सहायता पता है किसी मुढ़ली सहायता तुसी दस दो जी हुण सारा तैनूं एक दिन च ही दसदा आ तन्ने गल्लां पल्ले पै गईआं ना बस ठीक है इन्हां ते अमल करो अज कल नूं मुढ़ली सहायता दसूं ठीक है लै हुण आए करो आपदा घरे जाओ ਤੁਹਾਡੀ ਮੈਡਮ ਦੱਸ ਕੇ ਗਈ ਹੈ ਵੀ ਅਸੀਂ ਜਾਣਾ ਹੈਗਾ ਠੀਕ ਹੈ ਰਿਸ਼ਤੇਦਾਰੀ 'ਚ ਅਸੀਂ ਗੈਸਟਾਂ ਦੇ ਜਾਣਾ ਅਤੇ ਹਾਂ ਕੱਲ੍ਹ ਨੂੰ ਜਾਣਾ ਆਪਾਂ ਨੇ 9 ਵਜੇ ਟਿਊਸ਼ਨ ਰੱਖਾਂਗੇ ਸਵੇਰੇ ਹਾਂ ਕਿਉਂਕਿ 7 ਦਿਨਾਂ ਦੀਆਂ ਛੁੱਟੀਆਂ ਨੇ ਸਕੂਲ 'ਚ ਨਾਲੇ ਸੁਨੇਹਾ ਉੱਠ ਜਾਓਗੇ ਤੜਕੇ ਤੁਸੀਂ ਇਹਦੇ ਮੁਤਾਬਕ ਵਿਸ਼ੇਸ਼ਤਾਵਾਂ ਦੇ ਆਈ ਤੁਹਾਡੇ 'ਤੇ ਘੋਲੂੰਗਾ ਮੈਂ ਸਰੀਰਕ ਸਿੱਖਿਆ ਠੀਕ ਹੈ ਹੁਣ ਲੈ ਵੀ ਸਵੇਰੇ ਆ ਜਾਓ 9 ਵਜੇ ਸਾਰੇ ਜਣੇ ਠੀਕ ਹੈ ਬੱਚਿਓ ਅਤੇ ਇੱਕ ਐਂ ਕਰੋ ਫੀਸ ਲਿਆਇਓ ਤੜਕੇ हां क्योंकि साडे जगराता ना रिश्तेदारी च फिर तनखाहां तां नहीं रहियां गवर्नमेंट वल्लों हां उत्थे फिर सोडे पैसे नाल ही साड़ियां नूं रीति रिवाज होने नेगे ठीक है हुण कल्ले कल्ले जाओ बेटा सिमू शरीरक सिक्ख्या पढ़ गया तर गया शरीरक सिक्ख्या दे वध जोर दो दूजा जो भावें फेल हो जाओ मैनूं कोई चक्कर नहीं बाकी भाई सारिआं दी फीस आ गई तेरी नहीं मुंडिया क्यों नहीं आई ਚੱਲ ਕੋਈ ਨਾ ਫੇਰ ਆ ਜਾਓ ਛੋਟੀ ਤਾਂ ਆ ਗਈ ਹੈ ਨਾ ਸਿਮਰਨ ਹਾਂ ਜੀ ਹਾਂ ਜੀ ਫੜਾ ਤੀ ਆ ਗਈ ਬਤਾਰ ਹਾਂ ਜੀ ਹਾਂ ਜੀ ਮੈਂ ਤਾਂ ਕੱਲ ਸ਼ਾਮ ਨੂੰ ਫੜਾ ਗਿਆ ਹੈ ਮੈਡਮ ਨੂੰ ਫੜਾ ਗਿਆ ਤੀ ਬਸ ਠੀਕ ਹੈ ਫੇਰ ਹੁਣ ਆਪਾਂ ਸਰੀਰਕ ਸਿੱਖਿਆ ਵੀ ਪੜਾਂਗੇ ਕਿਉਂਕਿ ਵਿਸ਼ੇ ਆਪਾਂ ਦੋ ਹੀ ਪੜਾਂਗੇ ਸਾਇੰਸ ਇੱਕ ਸਰੀਰਕ ਸਿੱਖਿਆ ਠੀਕ ਹੈ ਕਿਉਂਕਿ ਉਹਦਾ ਤਾਂ ਮੈਂ ਬਾਲਾ ਫੇਵਰੇਟ ਆ ਸਰੀਰਕ ਸਿੱਖਿਆ ਦਾ ਹਾਂਜੀ ਤੁਸੀਂ ਪੜਾਉਂਦੇ ਹੋ ਜੀ ਸਰੀਰਕ ਸਿੱਖਿਆ ਹਾਂ ਉਹ ਤਾਂ ਮੈਂ ਪੜਾਉਣਾ ਤੈਨੂੰ ਪਤਾ ਮੋਹਾਲੀ ਬੋਰਡ ਨੇ ਮੈਨੂੰ 3 ਵਾਰੀ ਸਨਮਾਨਿਤ ਕੀਤਾ ਸੀ ਕੀਤਾ ਨਾ ਦੱਸਿਆ ਤੁਸੀਂ ਦੱਸਿਆ ਸੀ ਵੀ ਤੂੰ ਮੁੱਢਲੀ ਸਹਾਇਤਾ ਅਭਿਆਨ ਵਧੀਆ ਪੜਾਉਣਾ ਅੱਛਾ ਜੀ ਹਾਂ ਉਹ ਮੈਂ ਤਾਂ ਪੜਾਉਣਾ ਕਿਉਂਕਿ ਮੇਰਾ ਆਪ ਦਾ ਸਰੀਰ ਫਿੱਟ ਹੈ ਆ
ਲੈ ਵੀ ਹੁਣ ਗੱਲ ਮੁੱਦੇ ਤੇ ਨਾ ਕਮ ਟੂ ਦਾ ਪੁਆਇੰਟ ਧਿਆਨ ਮੇਰੇ ਚ ਰੱਖੋ ਠੀਕ ਹੈ ਐਜ ਪਾ ਲਿਓ ਠੀਕ ਹੈ ਸਰ ਜੀ ਆ ਬੱਲਬ ਕਾ ਤੋਂ ਡੰਗੇ ਨੇ ਜੀ ਪਹਿਲਾਂ ਸਾਨੂੰ ਬੱਲਬਾ ਵਰੀ ਪੜਾਉਣਾ ਹੈ ਸਰੀਰਕ ਸਿੱਖਿਆ ਪਿੰਡ ਤੇ ਲਾ ਲਾਂਗੇ ਹਨਾ ਜਾਂਦੇ ਹੋਏ ਇਹ ਸਾਇੰਸ ਹੈ ਬੱਲਬ ਟੰਗਦਾ ਮੈਂ ਕਿੱਧਰੋਂ ਇਹ ਸਾਇੰਸ ਹੈ ਇਹ ਤਾਂ ਬੱਲਬ ਹੈ ਜੀ ਇਹ ਤਾਂ ਜੀ ਬੱਲਬ ਹੋਰ ਜੀ ਮੇਰੀ ਸੁਣੋ ਪਹਿਲਾਂ ਤੁਸੀਂ ਇਹ ਸਾਇੰਸ ਹੈ ਇਹ ਸਾਇੰਸ ਨੇ ਪੈਦਾ ਕੀਤਾ ਬੱਲਬ ਸੋਨੂੰ ਪਤਾ ਹੈ ਕੀ ਨੇ ਬਣਾਇਆ ਸੀਗਾ ਪਤਾ ਨਾ ਜੀ ਬੰਦੇ ਨੇ ਜੀ ਹੈਂ ਬੰਦੇ ਕਿਵੇਂ ਬੰਦੇ ਨੇ ਮਾਰਦਾ ਨਹੀਂ ਮੈਂ ਮਾਰਦਾ ਨਹੀਂ ਕਿਉਂਕਿ ਮੈਨੂੰ ਮੋਹਾਲੀ ਬੋਰਡ ਨੇ ਤਿੰਨ ਵਾਰੀ ਸਨਮਾਨਿਤ ਕਰਤਾ ਮੈਂ ਤਾਂ ਨਹੀਂ ਮਾਰਦਾ ਮੈਨੂੰ ਤਰਸ ਆਉਂਦਾ ਤੁਹਾਡੇ ਤੇ ਕਿਉਂਕਿ ਵੱਡੇ ਵੱਡੇ ਟੀਚਰਾਂ ਦੇ ਜਵਾਕ ਵੱਡੇ ਸਕੂਲਾਂ 'ਚ ਪੜ੍ਹਦੇ ਨੇ ਕਿਉਂਕਿ ਤੁਸੀਂ ਇੱਥੇ ਪੜ੍ਹੀ ਜਾਂਦੇ ਹੋ ਇਹ ਤਾਂ ਤੁਹਾਡੇ ਕਰਮ ਚੰਗੇ ਨੇ ਵੀ ਤੁਸੀਂ ਦਲਬੀਰ ਮਾਸਟਰ ਲਵੇ ਪੜ੍ਹ ਰਹੇ ਹੋ ਠੀਕ ਆ ਇਹ ਤੁਹਾਡਾ ਤਾਂ ਸਵਰਗ ਉਹ ਚ ਬਸਾ ਹੋ ਜੂ ਕਿਹਨੇ ਪੈਦਾ ਕੀਤਾ ਸੀ ਜੀ ਦੱਸੂਗਾ ਮੈਂ ਦੱਸੂ ਮੈਂ ਕਾਹਦਾ ਲੈਣਾ 60,000 ਇਹ ਜਿਹੜਾ ਬੱਲਬ ਹੈ ਜੀ ਸਾਇੰਸ ਨੇ ਪੈਦਾ ਕੀਤਾ ਇੱਕ ਬੰਦਾ ਸੀਗਾ ਬੰਦਾ ਇਹ ਥੋਮਸ ਐਡੀਸਨ 1879 ਦੇ ਵਿੱਚ ਇਹਨੇ ਬੱਲਬ ਪੈਦਾ ਕਰਤਾ ਸੀਗਾ 300 ਵਾਰ ਇਹਨੇ ਚਲਾ ਕੇ ਦੇਖਿਆ ਹਾਂ ਹੁਣ ਤੁਸੀਂ ਪੁੱਛੋਗੇ ਥੋਮਸ ਐਡੀਸਨ ਰਹਿੰਦਾ ਕਿੱਥੇ ਸੀ ਇਹ ਯਾਰ ਸੋਨੂੰ ਤਾਂ ਨੀ ਪਤਾ ਇਹਦੇ ਬਾਰੇ ਨਹੀਂ ਅਮਰੀਕਾ ਦਾ ਨੀ ਸ਼ਾਇਦ ਇਹ ਯਾਰ ਕਿਵੇਂ ਮੈਂ ਕਿਹਾ ਤੁਹਾਨੂੰ ਤਾਂ ਵਧੀਆ ਜਾਣਦਾ ਹੋਣਾ ਜੀ ਜਾਣ ਪਛਾਣ ਵਧੀਆ ਹੋਣੀ ਇੱਕ ਮਿੰਟ ਹੁਣ ਦੱਸ ਦੱਸੀ ਨਾ ਦੱਸ ਖੁੱਲ ਕੇ ਪੁੱਟ ਕਰ ਕੁਵਚ ਨਾ ਮਾਰਦਾ ਨਹੀਂ ਮੈਂ ਕਿਹਾ ਤੁਹਾਨੂੰ ਤਾਂ ਵਧੀਆ ਜਾਣਦਾ ਹੋਣਾ ਜੀ ਇਹ ਮੈਨੂੰ ਜਾਣਨ ਨੂੰ ਇਹ ਖੰਡੇਬਾਦ ਦਾ ਤੀ ਖੰਡੇਬਾਦ ਰਹਿੰਦਾ ਰਿਹਾ ਮੈਨੂੰ ਜਾਣਨ ਨੂੰ ਇਹ ਪਰ ਤੂੰ ਲੈ ਵੀ ਮਿੰਟ ਰਹਿ ਗਏ ਆਪਣੇ ਲੈ ਵੀ ਹੁਣ ਸੋਨੂੰ ਮੈਂ ਕਰਵਾ ਦਾਂ ਸਰੀਰਕ ਸਿੱਖਿਆ ਠੀਕ ਆ ਤੁਹਾਡੇ ਰੋਮਨਕ ਹੋ ਗਏ ਦੀ ਹਨਾ ਕੱਲ ਤੁਸੀਂ ਵਿੱਚ ਸਰੀਰਕ ਸਿੱਖੀ ਪੜੋ ਹਾਂ ਰੋਮਨਕ ਆਪਣੇ ਹੋਏ ਪਏ ਨੇ ਫਿਰ ਆਪਾਂ ਦੁਬਾਰੇ ਉਹ ਜੋਨੀ ਜੋਨੀ ਜੈਸ ਪਾਪਾ ਕਰਾਵਾਂਗੇ ਤੁਹਾਨੂੰ ਸਾਰਿਆਂ ਨੂੰ ਠੀਕ ਹੈ ਅੱਜ ਆਪਾਂ ਵੱਡੀ ਪੜ੍ਹਾਈ ਕਰਾਉਣਾ ਤੁਹਾਨੂੰ ਸਰੀਰਕ ਸਿੱਖਿਆ ਬਾਈ ਚਾਕ ਲੈ ਲਾ ਮੈਂ ਅੱਜ ਤੁਹਾਨੂੰ ਬਨਾਉਟੀ ਸਾਹ ਬਾਰੇ ਦੱਸੂਗਾ ਮੈਂ ਕਈ ਵਾਰੀ ਲੜਾਈਆਂ ਪੈ ਜਾਂਦੀਆਂ ਨੇ ਲੋਕਾਂ ਦੀਆਂ ਉੱਥੇ ਗਲ ਘੋਟ ਦਿੰਦਾ ਕੋਈ ਹਨਾ ਕਿਸੇ ਦਾ ਕਿਵੇਂ ਹੋਊਗਾ ਕੋਈ ਗਲ ਫਰਾਹਾ ਲੈ ਗਿਆ ਕੋਈ ਕਿਵੇਂ ਵੀ ਹਨਾ ਟਾਈਮ ਤੇ ਕਿਸੇ ਨੂੰ ਪਤਾ ਨਹੀਂ ਹੈਗਾ ਵੀ ਬਨਾਉਟੀ ਸਾਹ ਦੇ ਕੇ ਕਿਵੇਂ ਬੰਦਾ ਬਚਾਈਏ ਲੜਾਈਆਂ ਵੇਲੇ ਦਿੱਤਾ ਜਾਂਦਾ ਪ੍ਰੈਕਟੀਕਲ ਕਰਕੇ ਦਿਖਾ ਦਿੰਦੇ ਜੇ ਤੁਸੀਂ ਹਾਂ ਉਹ ਮੈਂ ਕਰਕੇ ਦਿਖਾ ਦਿੰਦਾ ਲੜਾਈ ਵੇਲੇ ਦਿੱਤਾ ਜਾਂਦਾ ਹੈ ਲੜਾਈ ਵੇਲੇ ਦਿੱਤਾ ਜਾਂਦਾ ਹਾਂ ਹਾਂ ਹੁਣ ਮੈਂ ਤੁਹਾਨੂੰ ਦੱਸਦਾ ਜਿਵੇਂ ਹੁਣ ਲੜਾਈਆਂ ਨੇ ਲੋਕਾਂ ਦੇ ਜ਼ਮੀਨਾਂ ਪਿੱਛੇ ਲੜਾਈਆਂ ਹੋ ਜਾਂਦੀਆਂ ਨੇ ਹਾਂਜੀ ਹਾਂਜੀ ਉੱਥੇ ਲੱਤਮ ਲੱਤੀ ਹੁੰਦੇ ਨੇ ਬੰਦੇ ਹਨਾ ਜਿਵੇਂ ਹੁਣ ਤੁਸੀਂ ਕੋਰਟ ਦੇ ਵਿੱਚ ਤੁਹਾਡੀ ਤਰੀਕ ਪੈਣ ਲੱਗ ਗਈ 2 ਕਿੱਲਿਆਂ ਦਾ ਰੌਲਾ ਤੁਹਾਡਾ ਤੁਸੀਂ ਸੰਗਰੂਰ ਤਰੀਕ ਤੇ ਵਾਗੇ ਉੱਥੇ ਤੁਹਾਡੀ ਲੜਾਈ ਪੈ ਗਈ ਬਾਹਰੇ ਆ ਕੇ ਜ਼ਮੀਨ ਪਿੱਛੇ ਉੱਥੇ ਛਡਾਉਣ ਵਾਲਾ ਕੋਈ ਹੈ ਨੀ ਆਪਸ ਵਿੱਚ ਗਲ ਘੁੱਟ ਗਿਆ ਬਨਾਉਟੀ ਸਾਹ ਮੈਂ ਦੱਸੂਗਾ ਵੀ ਏਦਾਂ ਦੇਣੇ ਨੇ ਤੁਸੀਂ ਲੜਾਈ ਲੜੋ ਮੈਂ ਦੇਊਂਗਾ ਜੇ ਉੱਥੇ ਬੰਦਾ ਹੋਵੇ ਕੋਈ ਹੋਰ ਕਈ ਵਾਰੀ ਹੋਰ ਬੰਦੇ ਲੜ ਪੈਣੇ ਯਾਰ ਉੱਥੇ ਤੂੰ ਹੋਵੇ ਤੈਨੂੰ ਹੁਣ ਮੈਂ ਸਿਖਿਆ ਦੂ ਬਨਾਉਟੀ ਸਾਹ ਦੇਣੇ ਤੂੰ ਉਹਨੂੰ ਬਨਾਉਟੀ ਸਾਹ ਦੇ ਸਕੇਗਾ ਡਾਕਟਰ ਨਹੀਂ ਆਊਗਾ ਐਂਬੂਲੈਂਸ ਨੂੰ ਪਹਿਲੀ ਬਨਾਉਟੀ ਸਾਹ ਦੇ ਕੇ ਭੇਜ ਦੇਗਾ ਹਾਂ ਹੁਣ ਲੜ ਬਈ ਤੂੰ ਪਹਿਲਾਂ ਥੱਪੜ ਮਾਰ ਤੂੰ ਥੱਪੜ ਮਾਰ ਹਰਖ ਚੜਾ ਯਾਰ ਹਾਂ ਪਹਿਲਾਂ ਥੱਪੜੀ ਮਾਰੇਗਾ ਤੇਰੀ ਹੁਣ ਤੂੰ ਉਹ ਕਰ ਲੜ ਲੜ ਪੋ ਆਪਸ ਮੇ ਲੜੋ ਹਾਂ ਘੋਟੋ ਗਾਲ ਅਸਲੀ ਨਹੀਂ ਘੋਟਣਾ ਲੜੀ ਚੱਲੋ ਘੰਟਾ ਲੜਾਈ ਹੋ ਰਹੀ ਹੈ ਤੁਹਾਡੀ ਇੱਧਰ ਢਾਲਾਂ ਨੂੰ ਇੱਧਰ ਆ ਮੈਂ ਬਾਥਰੂਮ ਜਾ ਕੇ ਆਉਣਾ ਨੇ ਲੜੋ ਲੜੋ ਤੁਸੀਂ ਸੇੜੇ ਆਉਣਾ ਹੋ ਇਹਨਾਂ ਨੂੰ ਲੜੋ ਲੜੀ ਚੱਲੋ ਮੈਂ ਉਹ ਕਰ ਕੁੜਾ ਅਸਲੀ ਨਹੀਂ ਘੁੱਟਣਾ ਆ ਕੀ ਕਰਤਾ ਕੀ ਹੋ ਗਿਆ ਇਹਨੂੰ ਸਿਮੂ ਕੀ ਹੋ ਗਿਆ ਬਾਈ ਆ ਕੀ ਕਰਤਾ ਬਾਈ ਕੀ ਹੋ ਗਿਆ ਬਾਈ ਬਾਈ ਕੀ ਹੋ ਗਿਆ ਤੈਨੂੰ ਉੱਠ ਬਾਈ ਸਰਜੀ ਬਨਾਉਟੀ ਸਾਹ ਦਿੰਦੇ ਉਹਨੂੰ
ਕੀ ਹੋ ਗਿਆ ਬਈ ਬਈ ਉੱਠ ਬਈ ਉਹ ਸਿੰਮੂ ਦੇਖੋ ਮੈਂ ਬਲੌਟੀ ਸਾਂ ਜੋ ਬਲੌਟੀ ਸਾਂ ਆ ਦੇਖੋ ਬਈ ਪੈਰ ਬਈ ਪੈਰ ਮਾਰ ਇਹ ਪੈਰ ਮਾਰ ਸਿੰਮੂ ਉੱਠ ਬਈ ਉੱਠ ਸਿੰਮੂ ਬਈ ਸਿੰਮੂ ਉੱਠੋ ਅਨੇਕ ਤਾਂ ਬਹੁਤ ਨੇ ਬਲੌਟੀ ਸਾਂ उठ जा मेरे भी सह मुखन वाले ने इन्हां दे घरे जाके आओ क्या सर जी इन्हां दे घरे आखो भी बनावटी सां तां देते बाकी डॉक्टर नूं दिखा लो